ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੁਹਾਡਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਮੌਸਮ ਦੇ ਮੁਤਾਬਕ ਸਾਨੂੰ ਪਸ਼ੂਆਂ ਦੀਆਂ ਜਿਹੜੀਆਂ ਵਿਭਿੰਨ ਲੋੜਾਂ ਐ ਉਹਨਾਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਐ ਤੇ ਉਹਰੇ ਅਨੁਕੂਲ ਜਿਹੜਾ ਅਸੀਂ ਆਪਣੇ ਕਿਵੇਂ ਆਪਣੇ ਡੇਰੀ ਫਾਰਮ ਆਪਣੇ ਮੁਰਗੀ ਫਾਰਮ ਜਾਂ ਹੋਰ ਸਾਡੇ ਜਿਹੜੇ ਵਾੜੇ ਨੇ ਪਸ਼ੂਆਂ ਦੇ ਉਹਨਾਂ ਦੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਐ ਪਸ਼ੂਆਂ ਦੀ ਖੁਰਾਕ ਦੇ ਸਾਡੀਆਂ ਕੀ ਲੋੜਾਂ ਬਦਲਦੀਆਂ ਨੇ ਅਸੀਂ ਕਿਸ ਤਰੀਕੇ ਨਾਲ ਪਾਣੀ ਦੀ ਵਿਵਸਥਾ ਕਰਨੀ ਐ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਮੌਸਮੀ ਤਬਦੀਲੀਆਂ ਦੇ ਨਾਲ ਜਿਹੜਾ ਵੇਖਣ ਦੀ ਲੋੜ ਪੈਂਦੀ ਹੈ ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਕਟਰੀ ਟੈਨੀਵਰਸਾਇਟੀ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਪ੍ਰਮਿੰਦਰ ਸਿੰਘ ਜਿਹੜੇ ਕਿ ਇੱਥੇ ਵਧੀਕ ਨਿਰਦੇਸ਼ਕ ਪਸ਼ਾਰ ਸਿੱਖਿਆ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਤੇ ਨਾਲ ਦੇ ਨਾਲ ਇਹ ਪਸ਼ੂ ਖੁਰਾਕ ਦੇ ਮਾਹਰ ਨੇ ਉਹਦੇ ਗਿਆਤਾ ਨੇ ਤੇ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਵਿਸ਼ੇਸ਼ ਤੌਰ ਤੇ ਗੱਲ ਆ ਜੇ ਪਸ਼ੂਆਂ ਦੀ ਖੁਰਾਕ ਤੇ ਸੰਭਾਲੀ ਕਰਨੀ ਹੈ ਡਾਕਟਰ ਸਾਹਿਬ ਜਨੋਂ ਅਸੀਂ ਮਨੁੱਖ ਦੇ ਤੌਰ ਦੇ ਉੱਤੇ ਇਹ ਚੀਜ਼ਾਂ ਦਾ ਖਿਆਲ ਰੱਖਦੇ ਆ ਕਿ ਸਰਦੀਆਂ 'ਚ ਸਾਡੀ ਖੁਰਾਕ ਇਹੋ ਜੀ ਹੋਣੀ ਚਾਹੀਦੀ ਆ ਗਰਮੀਆਂ 'ਚ ਇਹੋ ਜੀ ਤਬਦੀਲੀ ਲਿਆਉਣੀ ਆ ਤੇ ਕੀ ਪਸ਼ੂਆਂ ਦੇ ਵਾਸਤੇ ਵੀ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸੇ ਤਰੀਕੇ ਨਾਲ ਠੁਕਮੀਆਂ ਬੈਂਦੀਆਂ ਕਿ ਉਹਨਾਂ ਦੀ ਖੁਰਾਕ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਵੀ ਇਹ ਤਬਦੀਲੀਆਂ ਦੀ ਲੋੜ ਪੈਂਦੀ ਜੀ ਜਦੋਂ ਗਰਮੀਆਂ ਸ਼ੁਰੂ ਹੋ ਗਈਆਂ ਟੈਂਪਰੇਚਰ 46 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਉਹ ਤਾਂ ਟੱਪ ਚੁੱਕਾ ਤਾਂ ਜਾਨਵਰ ਨੇ ਸਭ ਤੋਂ ਪਹਿਲਾਂ ਉਹਦੀ ਪਾਣੀ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਵੱਜ ਜਾਂਦੀ ਆ ਘਟੋ ਘਟ ਉਹ ਡਬਲ ਦੁੱਗਣਾ ਪਾਣੀ ਪੀਊਗਾ ਜੀ ਜਦੋਂ ਦੁੱਗਣਾ ਪਾਣੀ ਪੈਂਦਾ ਪਰ ਨਾਲ ਉਹਦੀ ਕਪੈਸਿਟੀ ਵੀ ਹੋਣੀ ਦੇਖਣੀ ਆ ਫਿਰ ਨਾਲੇ ਪਾਣੀ ਦੀ ਕੁਆਲਿਟੀ ਵੀ ਦੇਖਣੀ ਪੈਂਦੀ ਆ ਤੇ ਨਾਲੇ ਪਾਣੀ ਦਾ ਤਾਪਮਾਨ ਵੀ ਦੇਖਣਾ ਪੈਂਦਾ ਮੈਨੂੰ ਫਾਰਮਰ ਕਹਿੰਦੇ ਆ ਵੀ ਅਸੀਂ ਤਾਂ ਕੁੰਡ ਭਰਤੀ ਪਰ ਜਦੋਂ ਕੁੰਡ ਭਰਤੀ ਜਾਨਵਰ ਪਾਣੀ ਨਹੀਂ ਪੀ ਰਹੇ ਆ ਕਾਰਨ ਇਹ ਆ ਕਿ ਤਾਪਮਾਨ ਉੱਥੇ ਜਿਹੜਾ ਪਾਣੀ ਦਾ ਆ ਉਹ ਵੀ ਬਹੁਤ ਜ਼ਿਆਦਾ ਹੋਇਆ ਜਾਂਦਾ ਤੇ ਸਾਨੂੰ ਚਾਹੀਦਾ ਕਿ ਹਰ ਦੋ ਦੋ ਘੰਟੇ ਬਾਅਦ ਪਾਣੀ ਦੀ ਮੋਟਰ ਚਲਾਉਂਦੇ ਰਹੀਏ ਤਾਂ ਜਿਹੜਾ ਉਹ ਠੰਡਾ ਪਾਣੀ ਨਿਕਲੂਗਾ ਸਾਫ਼ ਨਿਕਲੂਗਾ ਤੇ ਮੋਟਰ ਦੀ ਆਵਾਜ਼ ਨਾਲ ਹੀ ਜਾਨਵਰ ਨੂੰ ਪਤਾ ਲੱਗ ਜਾਂਦਾ ਕਿ ਪਾਣੀ ਤਾਜ਼ਾ ਆ ਗਿਆ ਤੇ ਉਹ ਪਾਣੀ ਵੱਧ ਪੀਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਪਾਣੀ ਦੀ ਰਿਕੁਆਇਰਮੈਂਟ ਵੱਧ ਜਾਂਦੀ ਹੈ ਜੀ ਤੁਸੀਂ ਦੇਖਿਓ ਉਹ ਚਾਹੇ ਮੁਰਗੀਆਂ ਆ ਤੇ ਚਾਹੇ ਜਾਨਵਰ ਆ ਉਹ ਸਾਹ ਲੈ ਰਹੇ ਆ ਹੋਂਕਰੇ ਆ ਜਦੋਂ ਇਹ ਹੋਂਕਣ ਦੀ ਕਿਰਿਆ ਹੁੰਦੀ ਆ ਤਾਂ ਉਹ ਸਾਹ ਜ਼ਿਆਦਾ ਹੁੰਦਾ ਤਾਂ ਕਾਰਬਨ ਡਾਈਆਕਸਾਈਡ ਬਾਹਰ ਜ਼ਿਆਦਾ ਨਿਕਲਦੀ ਆ ਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲਣ ਨਾਲ ਤਜਾਬੀਪਨ ਬਾਹਰ ਜ਼ਿਆਦਾ ਨਿਕਲਦਾ ਅੰਦਰ ਖਾਰਾਪਨ ਬਣਦਾ ਜਦੋਂ ਅੰਦਰ ਖਾਰਾਪਨ ਬਣਦਾ ਤਾਂ ਫਿਰ ਉਦੋਂ ਭੁੱਖ ਵੀ ਘਟ ਜਾਂਦੀ ਆ ਜਿਹਦੇ ਕਰਕੇ ਫਿਰ ਪੈਦਾਵਾਰ ਤੇ ਅਸਰ ਹੁੰਦਾ ਦੇ ਉਹ ਤੋਂ ਸਭ ਤੋਂ ਵਧੀਆ ਹੈ ਜਿਹੜਾ ਖਾਰਾਪਾਣ ਨੂੰ ਠੂਕ ਠੀਕ ਕਰਨ ਵਾਸਤੇ ਆਪਾਂ ਸ਼ਕੰਜਮੀਆਂ ਪੀਨੇ ਆਂ ਸਰ੍ਹਦਾੀਆਂ ਪੀਨੇ ਆਂ ਤੇ ਇਹਨਾਂ ਨੂੰ ਅਸੀਂ ਕਹਿੰਦੇ ਆਂ ਵੀ ਮੜਾ ਜਾ ਸਰਕਾ ਦੇ ਦਿਓ ਥੋੜਾ ਜਿਹਾ ਵਿਟਾਮਿਨ ਸੀ ਦੇ ਦਿਓ ਆਮਲਾ ਪਾਊਡਰ ਦੇ ਦਿਓ ਇਹਦੇ ਨਾਲ ਆਪਾਂ ਜਿਵੇਂ ਹੁਣ ਸ਼ਕੰਜਮੀਆਂ ਪੀਨੇ ਆਂ ਲੱਸੀ ਪੀਨੇ ਆਂ ਤਾਂ ਉਹ ਗਰਮੀਆਂ ਦਾ ਜਿਹੜਾ ਖਾਰਾਪਾਣਾ ਅੰਦਰੂਨੀ ਉਹਦੇ ਲਈ ਸਾਨੂੰ ਪਾਣੀ ਦੇ ਵਿੱਚ ਥੋੜਾ ਬੋਤਾ ਤੇਜਾਬੀਪਨ ਜੇ ਲੈ ਕੇ ਆਵਾਂਗੇ ਤਾਂ ਜਾਨਵਰ ਦੀ ਰਾਹਤ ਜਿਆਦਾ ਹੁੰਦੀ ਆ ਇਸ ਕਰਕੇ ਪਾਣੀ ਮੋਹ ਜ਼ਰੂਰੀ ਆ ਪਾਣੀ ਜਿੰਨਾ ਕ ਵੱਧੋ ਵੱਧ ਪਲਾ ਸਕੋ ਪਾਣੀ ਦਾ ਮਹਾਤਮ ਹੀ ਜਿਹੜਾ ਬਹੁਤ ਜ਼ਿਆਦਾ ਹੈ ਤੇ ਇਸੇ ਕਰਕੇ ਗੁਰਬਾਣੀ ਚ ਫਰਮਾਇਆ ਪਾਵਨ ਗੁਰੂ ਪਾਣੀ ਪਤਾ ਠੀਕ ਹੈ ਜੀ ਤੇ ਨਾਲ ਦੇ ਨਾਲ ਅਸੀਂ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਕਿਸਾਨ ਭਾਈਚਾਰੇ ਨੂੰ ਕਿ ਪਾਣੀ ਜਿਹੜਾ ਜ਼ਾਇਆ ਨਹੀਂ ਕਰਨਾ ਜੇ ਤੁਹਾਡੇ ਪਾਣੀ ਦਾ ਕੋਈ ਭੰਡਾਰ ਆ ਇਹੋ ਜਿਹਾ ਤੇ ਉਹਦੇ ਚ ਪਾਣੀ ਗਰਮ ਹੋ ਗਿਆ ਤਾਂ ਉਹਨੂੰ ਇਸ ਤਰੀਕੇ ਦੀ ਵਰਤੋਂ ਦੇ ਵਿੱਚ ਲਿਆਓ ਕਿਉਂ ਤੁਹਾਡੀਆਂ ਪੈਲੀਆਂ ਨੂੰ ਚੱਲ ਜੇ ਜਾਂ ਤੁਹਾਡੇ ਹੋਰ ਕੋਈ ਫਰਸ਼ ਜਿਹੜੇ ਧੋਣ ਵਾਸਤੇ ਜਾਂ ਹੋਰ ਇਹੋ ਜੇ ਕੰਮਾਂ ਵਾਸਤੇ ਇਸ ਕਰਕੇ ਉਸ ਪਾਣੀ ਨੂੰ ਜਿਹੜਾ ਜ਼ਾਇਆ ਨਾ ਕਰੋ ਜਦੋਂ ਪਾਣੀ ਤੁਸੀਂ ਅਜਾਇਬ ਦੀ ਗੱਲ ਕਰ ਰਹੇ ਹੋ ਅੱਜ ਕੱਲ੍ਹ ਗਰਮੀ ਤੋਂ ਬਚਾਉਣ ਵਾਸਤੇ ਨਾ ਨਹਾਉਣ ਦਾ ਜ਼ੋਰ ਦਿੱਤਾ ਜਾਂਦਾ ਵੀ ਪਸ਼ੂਆਂ ਨੂੰ ਨਵਾਓ ਜੀ ਤੇ ਉਹ ਫਿਰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਫੌਗਰਸ ਕੋਈ ਸਪ੍ਰਿੰਕਰ ਲਾਉਂਦਾ ਕੋਈ ਫੁਾਰੇ ਲਾਉਂਦਾ ਕੋਈ ਬਾਲਟੀਆਂ ਨਾਲ ਧੋਈ ਜਾਂਦਾ ਤੇ ਪਾਣੀ ਤਾਂ ਜਾਇਆ ਹੁੰਦਾ ਹੀ ਆ ਅਸੀਂ ਇਹੀ ਰਿਕੁਐਸਟ ਕਰਦੇ ਆਂ ਸਾਰੇ ਕਿਸਾਨ ਵੀਰਾਂ ਨੂੰ ਕਿ ਜੇ ਚਾਹੇ ਮੁਰਗੀਆਂ ਆਂ ਤੇ ਚਾਹੇ ਡੰਗਰਾਂ ਦੇ ਵਿੱਚ ਜੇ ਤੁਸੀਂ ਕਿਸੇ ਪੱਖੇ ਫਾਰੇ ਵਗੈਰਾ ਲਾਏ ਹੋਏ ਆ ਤਾਂ ਉਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਚਲਾਓ ਕਿਉਂਕਿ ਉਦੋਂ ਮੈਕਸਿਮਮ ਟੈਂਪਰੇਚਰ ਹੁੰਦਾ ਉਦੋਂ ਹੀ ਉਹਦਾ ਸਭ ਤੋਂ ਵੱਧ ਫਾਇਦਾ ਹੋਊਗਾ ਕਈ ਵੀਰ 7 ਵਜੇ ਸਟਾਰਟ ਕਰ ਦਿੰਦੇ ਆ ਸ਼ਾਮ ਦੇ 6 ਵਜੇ ਤੱਕ ਚੱਲਦੇ ਰਹਿੰਦੇ ਉੱਥੇ ਫਿਰ ਚੱਕੜ ਹੋ ਜਾਂਦਾ ਤੇ ਉਹ ਹੋਰ ਬਿਮਾਰੀਆਂ ਲੈ ਆਉਂਦਾ ਤੇ ਨਾਲੇ ਪਾਣੀ ਦੀ ਫਿਰ ਵੇਸਟੇਜ ਹੁੰਦੀ ਆ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀ ਕਿ ਜਿਹਦੇ ਤੁਸੀਂ ਨਹਾਉਣਾ ਆ ਜਾਂ ਕਈ ਸ਼ੋਬੇ ਚ ਵੀ ਛੱਡਦੇ ਆ ਮੱਝਾਂ ਤਾਂ ਉਹ ਵੀ 12 ਤੋਂ 4 ਵਜੇ ਤੱਕ ਹੀ ਸਭ ਤੋਂ ਵੱਧ ਹੁੰਦਾ ਕਿਉਂਕਿ ਪੀਕ ਦਾ ਟੈਂਪਰੇਚਰ ਉਦੋਂ ਹੀ ਕਿਸਾਨ ਵੀਰੋ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਸਾਨੂੰ ਜਿੱਥੇ ਜੋ بچ ਸਕਦਾ ਹੋਵੇ ਉਹ ਬਚਾ ਲੈਣਾ ਚਾਹੀਦਾ ਇਹਦਾ ਸਭ ਹੁਣ ਜਿਵੇਂ ਪਾਣੀ ਦੀ ਗੱਲ ਤੁਸੀਂ ਬੜੇ ਸਜੇ ਤਰੀਕੇ ਨਾਲ ਦੱਸੀ ਤੇ ਹੁਣ ਆ ਜਾਂਦੀ ਗੱਲ ਕਿ ਖੁਰਾਕ ਚੜੀ ਆ ਉਹਦੇ ਵਿੱਚ ਸਾਨੂੰ ਕੋਈ ਤਬਦੀਲੀਆਂ ਨਹੀਂ ਆਉਂਦੀ ਰੋਡ ਪੰਦੀ ਜਿਵੇਂ ਸਿਆਲਾਂ ਰੇਟ ਚ ਹੋ ਸਕਦਾ ਸਾਨੂੰ ਜ਼ਿਆਦਾ ਊਰਜਾ ਵਾਲੀ ਖੁਰਾਕ ਦੀ ਲੋੜ ਪੈਂਦੀ ਹੋਵੇ ਇਹੋ ਜੀਆਂ ਤਬਦੀਲੀਆਂ ਆਸੀਂ ਮੈਂ ਖਾਸ ਤੌਰ ਤੇ ਪਹਿਲਾਂ ਗੱਲ ਕਰੂੰਗਾ ਜਿਹੜੇ ਦੁੱਧਾਰੂ ਪਸ਼ੂ ਨੇ ਸਾਡੇ ਉਨ੍ਹਾਂ ਦੇ ਵਿੱਚ ਖੁਰਾਕੀ ਤਬਦੀਲੀਆਂ ਕੀ ਲੈਣ ਦੀ ਲੋੜ ਪੈਂਦੀ ਜੀ ਕਿਸਾਨ ਵੀਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਸਰਦੀਆਂ ਦੇ ਪੱਠੇ ਹੋਰ ਹੁੰਦੇ ਆ ਤੇ ਗਰਮੀਆਂ ਦੇ ਪੱਠੇ ਹੋਰ ਹੁੰਦੇ ਆ ਸਰਦੀਆਂ ਦੇ ਵਿੱਚ ਜਾਨਵਰ ਨੇ ਵੱਧ ਖਾਣਾ ਗਰਮੀਆਂ ਦੇ ਵਿੱਚ ਘੱਟ ਖਾਣਾ ਗਰਮੀਆਂ 'ਚ ਘੱਟ ਖਾਣ ਦਾ ਕਾਰਨ ਆਪਾਂ ਪਹਿਲਾਂ ਹੀ ਦੱਸਤਾ ਕਿ ਜਦੋਂ ਗਰਮੀ ਵੱਧਦੀ ਆ ਤੇ ਉਹਦੇ 'ਚ ਖਾਰਾਪਣ ਵੱਧਦਾ ਤੇ ਭੁੱਖ ਘੱਟ ਲੱਗਦੀ ਆ ਤੇ ਸਾਡਾ ਯਤਨ ਨਿਰੰਤਰ ਹੋਣਾ ਚਾਹੀਦਾ ਕਿ ਜਾਨਵਰ ਵੱਧ ਤੋਂ ਵੱਧ ਕਿਵੇਂ ਖਾਈ ਇਹ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਾਨਵਰ ਨੂੰ ਥੋੜਾ ਥੋੜਾ ਕਰਕੇ ਕਈ ਵਾਰ ਖਾ ਲੋ ਕੋਕ ਜਾਨਵਰ ਨੇ ਤਿਆਰ ਕਰ ਲਓ ਫੀਡ ਮੂਰੇ ਧਰਤੇ ਹੀ ਉਹਨੇ ਜੇ ਪਹਿਲੀ ਗੱਲ ਤਾਂ ਖਾਣੀ ਨਹੀਂ ਉਹ ਫਿਰ ਵੇਸਟ ਹੋਣੀ ਆ ਮੱਖੀਆਂ ਆ ਗਈਆਂ ਪਾਣੀ ਆ ਗਿਆ ਕੋਹਲੀ ਆ ਸਕਦੀ ਆ ਤਾਂ ਉਹ ਦੋ ਦੋ ਕਰਕੇ ਕਿਲੋ ਕਿਲੋ ਕਰਕੇ ਉਹਨੂੰ ਦੋ ਤਿੰਨ ਵਾਰੀ ਖਿਲਾਣਾ ਚਾਹੀਦਾ ਇੱਕ ਤਾਂ ਇਹ ਤਰੀਕਾ ਆ ਵੀ ਜਦੋਂ ਥੋੜਾ ਬਹੁਤਾ ਖੁਰਲੀ ਦੇ ਵਿੱਚ ਹੱਥ ਫੇਰਦੇ ਆ ਜਦੋਂ ਮਾੜਾ ਮੋਟਾ ਫਾਰਮਰ ਜਾਂ ਕੋਈ ਉਹਦਾ ਲੇਬਰ ਉਹਨੂੰ ਥੋੜਾ ਜਿਆ ਰਲੌਂਦਾ ਤਾਂ ਜਾਨਵਰ ਨੂੰ ਇਹ ਲਾਲਚ ਆ ਜਾਂਦਾ ਵੀ ਪਤਾ ਨਹੀਂ ਨਵਾਂ ਕੀ ਚੀਜ਼ ਦਿੱਤੀ ਆ ਤੇ ਉਹ ਖਾਣ ਦਾ ਯਤਨ ਕਰਦਾ ਜਿਹਦੇ ਨਾਲ ਥੋੜੀ ਬਹੁਤੀ ਪੈਦਾਵਾਰ ਸਹੀ ਰਹਿੰਦੀ ਆ ਪਰ ਜਦੋਂ 64 ਡਿਗਰੀ ਟੈਂਪਰੇਚਰ ਤੇ ਤਾਪਮਾਨ ਤਾਂ ਕਿੰਨਾ ਵੱਜ ਜਾਣਾ ਤੇ ਉਹਦੇ ਚੱਕਰ ਦੇ ਵਿੱਚ ਜਦੋਂ ਅਸੀਂ ਕਿਸਾਨ ਵੀਰ ਨੂੰ ਇਹੀ ਕਹਿੰਦੇ ਆ ਵੀ ਭਾਈ ਥੋੜਾ ਜੀ ਖੁਰਾਕੀ ਤਬਦੀਲੀ ਕਰ ਲੈ ਉਹ ਖੁਰਾਕੀ ਤਬਦੀਲੀ ਕੀ ਆ ਉਹਦੇ ਵਿੱਚ ਊਰਜਾ ਵਧਾਉਣੀ ਆ ਪ੍ਰੋਟੀਨ ਵਧਾਉਣੀ ਆ ਖੁਰਾਕ ਦੇ ਵਿੱਚ ਮਤਲਬ ਕਹਿੰਦੇ ਆ ਵੀ ਉਹਦੇ ਚ ਖਲਾਂ ਦੀ ਮਾਤਰਾ ਵਧਾਉਣੀ ਆ ਤੇ ਨਾਲ ਅਨਾਜ ਵਧਾਉਣਾ ਤੇ ਨਾਲ ਜਾਂ ਥੋੜੀ ਜੀ ਤੇਲ ਦੀ ਮਾਤਰਾ ਵਧਾਉਣੀ ਆ ਤੇਲ ਦੀ ਮਾਤਰਾ ਜਦੋਂ ਵਧਾਉਣੀ ਆ ਤਾਂ ਸਾਡੇ ਕੋਲ ਬਹੁਤ ਵਧੀਆ ਘਰੇਲੂ ਵਿਚਾਰ ਹੈਗੇ ਆ ਵੀ ਅਸੀਂ ਸਰੋਂ ਦੀ ਖਲ ਵੱਧ ਪਾ ਸਕਦੇ ਆ ਅਸੀਂ ਸਾਬਤ ਤੋਂ ਬੜੇਵੇਂ ਵੱਧ ਪਾ ਸਕਦੇ ਆ ਤੇਲ ਥੋੜਾ ਜਿਹਾ ਪਾ ਸਕਦੇ ਆ ਜੇ ਅੱਜਕੱਲ ਮਾਰਕੀਟ ਚ ਬਾਈਪਾਸ ਫੈਟ ਆਉਂਦੀ ਆ ਕਿਉਂਕਿ ਜਦੋਂ ਵੀ ਆਪਾਂ ਆਪਣੀ ਖੁਰਾਕ ਦੇ ਵਿੱਚ ਵੀ ਥੋੜਾ ਬਹੁਤਾ ਘਿਓ ਜਾਂ ਮੱਖਣ ਪਾਉਂਦੇ ਆ ਤਾਂ ਸਾਨੂੰ ਚੀਜ਼ ਸਵਾਦ ਲੱਗਦੀ ਆ ਇਸੇ ਤਰ੍ਹਾਂ ਜਾਨਵਰ ਦੀ ਫੀਡ ਦੇ ਵਿੱਚ ਵੀ ਅਸੀਂ ਥੋੜਾ ਜਿਹਾ ਤੇਲ ਜੇ ਵਧਾ ਦਈਏ ਤਾਂ ਜਾਨਵਰ ਨੂੰ ਖਾਣ ਦੇ ਵਿੱਚ ਮਤਲਬ ਰੁਚੀ ਰੱਖਦੀ ਆ ਉਹ ਵੱਧ ਖਾਊਗਾ ਇਹ ਵੀ ਇੱਕ ਤਰੀਕਾ ਆ ਕਿ ਜਾਨਵਰ ਨੂੰ ਆਪਾਂ ਗਰਮੀਆਂ ਦੇ ਵਿੱਚ ਵੱਧ ਊਰਜਾ ਤੇ ਵੱਧ ਪ੍ਰੋਟੀਨ ਦੇ ਕੇ ਸਾਰ ਸਕਦੇ ਆ ਤਾਂ ਦੁੱਧ ਘਟ ਗਏ ਜੀ ਔਰ ਡਾਕਟਰ ਸਾਹਿਬ ਜਦੋਂ ਅਸੀਂ ਖੁਰਾਕ ਦੀ ਗੱਲ ਕਰਦੇ ਆ ਤਾਂ ਖੁਰਾਕ ਜਿਹੜੀ ਉਹ ਅਸੀਂ ਬਣਾਉਣੀ ਆ ਜਾਂ ਕੋ ਬਣੀ ਬਣਾਈ ਬਣਾਤੀ ਲਿਆਉਣੀ ਆ ਉਹਦੇ ਵਿੱਚ ਤੁਸੀਂ ਕਿਹੜੀ ਚੀਜ਼ ਤੇ ਜੇ ਕੋਈ ਇਹ ਦੋਹਾਂ ਚੀਜ਼ਾਂ ਦਾ ਖਿਆਲ ਰੱਖੇ ਤੇ ਕੀ ਕੋਈ ਇਹੋ ਜਿਹੀ ਪਰਚੋਲ ਵੀ ਹੋ ਸਕਦੀ ਆ ਵੀ ਇਹ ਖੁਰਾਕ ਠੁਕਵੀਂ ਆ ਜੀ ਕਿਵੇਂ ਵੇਖੋ ਪਸ਼ੂ ਦੀ ਖੁਰਾਕ ਨੂੰ ਤੁਸੀਂ ਆਪ ਦਿਖਾ ਕੇ ਵੇਖਣਾ ਨੀਗਾ ਹਾਂਜੀ ਕਿਸੇ ਤਰੀਕੇ ਦੇ ਨਾਲ ਹੀ ਤੁਸੀਂ ਪਤਾ ਲਾਉਗੇ ਉਹਨੇ ਜੀ ਸਾਨੂੰ ਤਾਂ ਕਿ ਸਾਡਾ ਪਸ਼ੂ ਪਾਲਕ ਕਿਸੇ ਮੁਗਾਲਤੇ ਚ ਨਾ ਰਹਿ ਜੇ ਕਿ ਮਾੜੀ ਚੀਜ਼ ਖਵਾਈ ਜਾ ਤੇ ਮੁੜ ਕੇ ਭਾਲੇ ਵੀ ਮੇਰੀ ਅੱਜ ਬਾਲਟੀ ਜਿਹੜੀ ਆ ਨੀਵੀਂ ਰਹਿ ਗਈ। ਆਹੀ ਗੱਲ ਹਰਪ੍ਰੀਤ ਜੀ ਤੁਸੀਂ ਕਹੀ ਆ ਕਿ ਜੇ ਫੀਡ ਖਾ ਕੇ ਦੁੱਧ ਦੀ ਬਾਲਟੀ ਘਟਦੀ ਆ ਚਾਹੇ ਉਹ ਬਜਾਰੀ ਫੀਡ ਆ ਤੇ ਚਾਹੇ ਉਹ ਘਰੇਲੂ ਫੀਡ ਆ ਤਾਂ ਪ੍ਰੋਬਲਮ ਤਾਂ ਉੱਥੇ ਹੈਗੀ ਆ। ਪੰਜਾਬ ਦੇ ਵਿੱਚ ਜੋ ਡਾਟਾ ਕਹਿੰਦਾ ਉਹ 18 ਤੋਂ 20% ਲੋਕ ਜਿਹੜੀ ਆ ਬਜਾਰੀ ਫੀਡ ਯੂਜ਼ ਕਰ ਰਹੇ ਆ। ਮਰ ਕਿਸਾਨ ਵੀਰ ਡੰਗਰਾ ਹੋਂ ਬਾਕੀ 80% ਜਾਂ ਤਾਂ ਘਰ ਦੀ ਟੋਟ ਕੇ ਪਣਾਉਂਦੇ ਆ ਜਾਂ ਕੁਝ ਕਹਿ ਲੋ ਵੀ ਅਧਿਕ ਬਜਾਰੀ ਫੀਡ ਪਾਲੀ ਅਧਿਕ ਘਰ ਦੀ ਪਾਲੀ ਉਹਦੇ ਚ ਫਿਰ ਅਸੀਂ ਕਹਿੰਦੇ ਆ ਪਤਾ ਨਹੀਂ ਲੱਗਦਾ ਵੀ ਇਹ ਮਾੜਾ ਅਸਰ ਜਾਂ ਵਧੀਆ ਅਸਰ ਥੋੜੇ ਕਰਕੇ ਆਇਆ ਜਾਂ ਬਜਾਰੀ ਫੀਡ ਕਰਕੇ ਆ ਮੈਂ ਬੇਨਤੀ ਇਹੀ ਕਰਦਾ ਸਰੇ ਕਿਸਾਨ ਵੀਰਾਂ ਨੂੰ ਜਾਂ ਤਾਂ ਬਜਾਰੀ ਫੀਡ ਹੀ ਪਾਓ ਜਾਂ ਘਰ ਦੀ ਹੀ ਫੀਡ ਪਾਓ ਬਜਾਰੀ ਫੀਡ ਦੇ ਚ ਫਾਇਦਾ ਤਾਂ ਇਹ ਆ ਕਿ ਘਰੇ ਪਹੁੰਚ ਆ ਗੋਲੀਆਂ ਵਾਲੀ ਫੀਡ ਬਣੀ ਹੁੰਦੀ ਆ ਪਾਇਲਟ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਚ ਸਟੀਮ ਲੱਗੀ ਹੋਈ ਆ ਭਾਫ ਲੱਗੀ ਹੋਈ ਆ ਉਹਦੇ ਜਰਾਸੀ ਮਰੇ ਹੋਏ ਆ ਉਹ ਕਈ ਪ੍ਰਕਾਰ ਦੀ ਹੁੰਦੀ ਆ ਅੱਜ ਕੱਲ 15 ਲੀਟਰ ਲਈ ਅਲੱਗ ਫਾਰਮੂਲੇ ਆ 25 ਲੀਟਰ ਲਈ ਅਲੱਗ ਫਾਰਮੂਲੇ ਆ ਜਦੋਂ ਸੱਜਰ ਸੂਈ ਆ ਉਹਦੇ ਲਈ ਅਲੱਗ ਫਾਰਮੂਲੇ ਆ ਡਰਾਈ ਲਈ ਅਲੱਗ ਫਾਰਮੂਲੇ ਆ ਇਹ ਜੀ ਰਿਸਰਚ ਹੋ ਗਈ ਕਿ ਹੁਣ ਲੋੜਾਂ ਜਿਹੜੀਆਂ ਆ 6-6 ਮਹੀਨੇ ਦੀਆਂ 8-8 ਮਹੀਨੇ ਦੀਆਂ ਜਾਂ ਜਿੱਦਾਂ ਅੰਦਰਲਾ ਜੋ ਸਿਸਟਮ ਆ ਜੀ ਉਹ ਗੱਬਣਾ ਤਾਂ ਉਹਦੇ ਚ ਕੀ ਕੀ ਲੋੜਾਂ ਹੈਗੀਆਂ ਤੇ ਇਸ ਟਾਈਮ ਰਿਸਰਚ ਹੋ ਕੇ ਉਹ ਜਿਹੜੇ ਜਿਹੜੇ ਅਗਾਹ ਵਦੂ ਫੀਡ ਮਿੱਲਰ ਆ ਉਹ ਨਵੀਆਂ ਫੀਡਾਂ ਬਣਾ ਰਹੇ ਆ ਪਰ ਜਦੋਂ ਅਸੀਂ ਦੇਖਦੇ ਆ ਵੀ ਕਿਸਾਨ ਵੀਰ ਆਪਣਾ ਤਾਂ ਉਹ ਜਾ ਤਾਂ ਸਾਡੇ ਤੋਂ ਇੱਕ ਕਿਤਾਬ ਲੈ ਜਾਊਗਾ ਉਹਦੇ ਚ ਇੱਕ ਇੱਕ ਫਾਰਮੂਲਾ ਲਿਖਿਆ ਦੋ ਫਾਰਮੂਲੇ ਲਿਖੇ ਆ ਉਹਦੇ ਚ ਫੇ ਕਈ ਵਾਰੀ ਜਣਸਾਂ ਨਹੀਂ ਮਿਲਦੀਆਂ ਉਹ ਜਣਸਾਂ ਦੀ ਕੁਆਲਿਟੀ ਸਾਨੂੰ ਮੌਕੇ ਤੇ ਚੈੱਕ ਕਰਨੀ ਪੈਂਦੀ ਆ ਤੇ ਉਹੇ ਜਿਹੀਆਂ ਜਿਹੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਤਾਂ ਇਸ ਕਰਕੇ ਪਰ ਜੇ ਤਾਂ ਉਹ ਫਾਰਮੂਲਾ ਬਹੁਤ ਵਧੀਆ ਪਰ ਇੱਕ ਫਾਇਦਾ ਹੋਊਗਾ ਜੇ ਉਹ ਆਪਣੀ ਫੀਡ ਆ ਬਣਾਉਂਦਾ ਵੀ ਉਹਨੂੰ ਕੁਆਲਟੀ ਵੀ ਆਪ ਪਤਾ ਉਹਦੇ ਚ ਮਿਕਸਿੰਗ ਦਾ ਵੀ ਆਪ ਕਰਦੇ ਆ ਅਸੀਂ ਇਹ ਕਹਿੰਦੇ ਆ ਵੀ ਭਾਈ ਸਾਹਿਬ ਜਿੰਨਾ ਮਰਜ਼ੀ ਦਾਣਾ ਪਾਵਾਲੋ ਜਿੰਨਾ ਮਰਜ਼ੀ ਖਲਾਂ ਪਾਵਾਲੋ ਪਰ ਜਦੋਂ ਉਹ ਤੁਸੀਂ ਮਨਰ ਮਿਕਸਚਰ ਜਾਂ ਦਵਾਈਆਂ ਪਾਉਨੇ ਆਂ ਜਦੋਂ ਉਹ ਮਿਕਸਚਰ ਚੱਲਿਆ ਉਹ ਜਿਹੜੀ ਲਾਸਟ ਆਈਟਮ ਪੈ ਗਈ ਉਹਦੇ ਮਿਕਸਚਰ ਤੇ ਉਸ ਤੋਂ ਬਾਅਦ 8-9 ਮਿੰਟ ਮਿਕਸਚਰ ਚੱਲਣਾ ਚਾਹੀਦਾ ਤਾਂ ਕਿ ਉਹ ਚੀਜ਼ ਮਿਕਸ ਹੋ ਜਾਈ ਉਹ ਹੁੰਦਾ ਕੀ ਆ ਕਿ ਉੱਪਰੋਂ ਲਾਸਟ ਆਈਟਮ ਪੈਰੀ ਹੁੰਦੀ ਆ ਥੱਲੇ ਦੂਜਾ ਜਿਹੜਾ ਲੇਬਰ ਆ ਉਹ ਬੋਰੀ ਖੋਲ ਕੇ ਖੜਾ ਹੁੰਦਾ ਇਸ ਕਰਕੇ ਉਹ ਮਿਕਸਿੰਗ ਨਹੀਂ ਹੁੰਦੀ ਕਿਹਦੇ ਚ ਵੱਧ ਆ ਜਾਂਦੀ ਹੈ ਕਿਹਦੇ ਚ ਘਟ ਆ ਜਾਂਦੀ ਹੈ ਇਸ ਕਰਕੇ ਸਾਨੂੰ ਕਦੇ ਦੁੱਧ ਦੀ ਫੈਟ ਵੱਧ ਗਈ ਕਦੇ ਘਟ ਗਈ ਇਹ ਜਿਹੜੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਤੋਂ ਮੈਂ ਜਿਹੜਾ ਤੁਹਾਡਾ ਅਨਸਰ ਹੈ ਇਹ ਆ ਵੀ ਇਹ ਫਾਰਮਰ ਤੇ ਛੱਡਿਆ ਵੀ ਜੇ ਬਜਾਰੀ ਫੀਡ ਲੈਣੀ ਆ ਉਹਦੀ ਫੈਟ ਉਹਦੀ ਗ੍ਰੈਵਿਟੀ ਉਹਦਾ ਦੁੱਧ ਦੀ ਮਿਕਦਾਰ ਤੇ ਉਹਦੀ ਰੀਪਰੋਡਕਸ਼ਨ ਉਹਦੀ ਪ੍ਰਜਨਨ ਕੇਰਿਆ ਜੇ ਸਹੀ ਆ ਤੇ ਮੈਂ ਤਾਂ ਇਹੀ ਕਹੂੰਗਾ ਬਜਾਰੀ ਫੀਡ ਪਾ ਲਓ ਪਰ ਜੇ ਤੁਹਾਨੂੰ ਲੱਗਦਾ ਕਿ ਫੈਟ ਗ੍ਰੈਵਿਟੀ ਹਿੱਲ ਰਹੀ ਆ ਪ੍ਰਜਨਨ ਸਮੱਸਿਆ ਆ ਰਹੀ ਆ ਤਾਂ ਤੁਸੀਂ ਆਪਣੀ ਫੀਡ ਆਪ ਬਣਾਓ ਔਰ ਸਗੋਂ ਹੋਰ ਵੀ ਸੰਤੋਸ਼ ਰहोंਗੇ ਜੀ ਅ ਡਾਕਟਰ ਸਾਹਿਬ ਇੱਥੇ ਹੁਣ ਗੱਲ ਇਹ ਆਉਂਦੀ ਆ ਕਿ ਮੰਨ ਲਓ ਫੀਡ ਬਾਜ਼ਾਰ ਦੀ ਲੈਣੇ ਜਾਂ ਆਪਣੀ ਬਣਾਉਣੇ ਆ ਹਾਂਜੀ ਉਹਦੇ ਤੋਂ ਬਾਅਦ ਵੀ ਕਿਸਾਨ ਦੇ ਕੋਲ ਇਸ ਗੱਲ ਦੀ ਸਪਸ਼ਟਤਾ ਜਿਹੜੀ ਹੋਏ ਹਮਮ ਕਿ ਮੇਰੀ ਫੀਡ ਬਿਲਕੁਲ ਠੀਕ ਆ ਹਮਮ ਠੀਕ ਹੈ ਜੀ ਹਾਂਜੀ ਉਹ ਕਿਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਹੋਰ ਥਾਂ ਉਹਦੀ ਕੋਈ ਜਾਂਚ ਵੀ ਕਰਾ ਸਕਦਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਜੋ ਅਸੀਂ ਕੀਤਾ ਬਿਲਕੁਲ ਠੀਕ ਕਰ ਲਿਆ ਅਸੀਂ ਕਿਸਾਨ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਹਰ ਮਹੀਨੇ ਨਾ ਸੀ 6ਵੇਂ ਮਹੀਨੇ ਜਾਂ 2-3 ਮਹੀਨਿਆਂ ਬਾਅਦ ਆਪਣਾ ਅੱਧਾ ਕਿਲੋ ਫੀਡ ਦਾ ਸੈਂਪਲ ਸਾਡੇ ਐਨੀਮਲ ਨਿਊਟ੍ਰੀਸ਼ਨ ਡਿਪਾਰਟਮੈਂਟਾ ਗੁਰੂੰਗਰ ਦੇ ਵੈਟਰਨਰੀ ਐਨੀਮਲ ਹਾਈ ਯੂਨੀਵਰਸਿਟੀ ਦੇ ਉਹਦੇ ਚ ਲੈ ਆਉਣ ਉਹਦੇ ਚ ਉਹਨਾਂ ਦੇ ਚ ਕਿੰਨੀ ਫੈਟ ਆ ਕਿੰਨੀ ਪ੍ਰੋਟੀਨ ਆ ਕਿੰਨਾ ਕਰੂਡ ਫਾਈਬਰ ਆ ਕਿੰਨਾ ਉਹਦੇ ਚ ਨਮੀ ਆ ਔਰ ਜੇ ਬਜਾਰੀ ਫੀਡ ਆ ਤੇ ਉਹਦੇ ਚ ਯੂਰੀਆ ਦਾ ਵੀ ਅਸੀਂ ਪਤਾ ਲਾ ਸਕਦੇ ਹਾਂ ਵੀ ਕਿਸੇ ਉਹਨੇ ਯੂਰੀਆ ਬੱਧਤਾ ਨਹੀਂ ਪਾਇਆ 1% ਤੱਕ ਰეკਮੈਂਡ ਹੈਗਾ ਕਿ ਘਟੋ ਘਟ 1 ਤੋਂ ਥੱਲੇ ਹੀ ਹੋਣਾ ਚਾਹੀਦਾ ਤੇ ਜੇ ਇਹ ਸਾਰੀਆਂ ਚੀਜ਼ਾਂ ਉਹ ਆਪਣੀਆਂ ਟੈਸਟ ਕਰਦਾ ਔਰ ਇਵਨ ਅਸੀਂ ਕਹਿ ਰਹੇ ਹਾਂ ਪਾਣੀ ਦਾ ਸੈਂਪਲ ਵੀ ਟੈਸਟ ਕਰਾ ਸਕਦੇ ਹਾਂ ਪਾਣੀ ਦਾ ਜਿਵੇਂ 10 ਮਿੰਟ ਮੋਟਰ ਚਲਾਈ 10 ਮਿੰਟ ਮੋਟਰ ਚਲਾ ਕੇ ਪਾਣੀ ਸਾਫ ਬੋਤਲ ਚ ਲੈ ਕੇ ਆ ਜੇ ਉਹਦੇ ਚ ਉਹਦਾ ਪਾਣੀ ਦਾ ਪੀ ਐਚ ਕਿੰਨਾ ਪਾਣੀ ਦੇ ਵਿੱਚ ਕੈਲਸ਼ੀਅਮ ਕਿੰਨਾ ਪਾਣੀ ਹਾਰਡ ਆ ਕਿ ਕੀ ਆ ਉਹ ਵੀ ਟੈਸਟ ਕਰਾ ਸਕਦਾ ਤਾਂ ਕਿ ਉਹਦੇ ਖੁਰਾਕ ਦੇ ਵਿੱਚ ਵੀ ਕੈਲਸ਼ੀਅਮ ਵੱਧ ਪਾਈਏ ਕਿ ਘੱਟ ਪਾਈਏ ਇਹ ਵੀ ਆ ਆਸਿੰਗ ਪਾਣੀ ਦੀ ਕੁਆਲਿਟੀ ਤੋਂ ਚੈੱਕ ਕਰ ਸਕਦੇ ਐਵੇਂ ਦੁੱਧ ਚੈੱਕ ਕਰਾ ਸਕਦੇ ਆ ਇੱਥੇ ਫੈਟ ਗ੍ਰੈਵਿਟੀ ਹੋਰ ਲੱਗੂ ਤੁਹਾਡੇ ਪਲਾਂਟ ਵਾਲਾ ਹੋਰ ਲਗਾਉਂਦਾ ਤੇ ਸਾਡੇ ਕੋਲ ਇਹਦੇ ਚ ਸਮੈਟਿਕ ਸੈਲ ਕਾਊਂਟ ਕਿੰਨੇ ਆ ਇਹਦੇ ਚ ਕੋਈ ਐਂਟੀਬਾਡੀਕ ਤਾਂ ਨਹੀਂ ਸਕ੍ਰੀਟ ਹੋ ਰਿਹਾ ਤੇ ਜਦੋਂ ਵੀ ਯੂਨੀਵਰਸਿਟੀ ਤੇ ਜਾਓ ਚਾਰ ਪੰਜ ਚੀਜ਼ਾਂ ਲੈਂਦੇ ਆ ਉਹ ਤੇ ਅਸੀਂ ਸਾਰਾ ਕੁਝ ਕਰਾ ਦਾਂਗੇ ਅਸੀਂ ਚਾਹੁੰਦੇ ਹਾਂ ਕਿ ਵੱਤੋ ਵੱਤ ਸਾਡੀ ਯੂਨੀਵਰਸਿਟੀ ਦੀਆਂ ਲੈਬਾਰਟਰੀਆਂ ਤਾਂ ਉਹ ਤੁਸੀਂ ਲਾਹ ਲਓ ਔਰ ਤੁਸੀਂ ਜਾ ਕੇ ਫਿਰ ਉਸ ਬੇਸ ਤੇ ਆਪਣੀ ਫੀਡ ਵੀ ਸੁਧਾਰ ਸਕਦੇ ਹੋ ਜਾਂ ਜਿਹੜਾ ਦੁੱਧ ਹੀ ਆ ਉਹਨੂੰ ਵੀ ਕਹਿ ਸਕਦੇ ਹੋ ਜਾਂ ਜਿਹੜੇ ਪਲਾਂਟ ਨੂੰ ਕਹਿ ਸਕਦੇ ਆ ਵੀ ਸਾਡੀ ਫੈਟ ਉੱਥੇ ਗ੍ਰੈਵਿਟੀ ਇੱਥੇ ਆਈ ਸੀ ਇੱਥੇ ਕੁਝ ਹੋਰ ਲੱਗੀ ਆ ਜਾਂ ਫੀਡ ਮਿੱਲਰ ਨੂੰ ਵੀ ਕਹਿ ਸਕਦੇ ਆ ਵੀ ਤੇਰੀ ਫੀਡ ਬਣਾਈ ਦੇ ਵਿੱਚ ਆਹ ਜੀਆਂ ਜਿਹੜੇ ਜਰਾ ਸੀਮ ਜਾਂ ਬੈਕਟੀਰੀਆ ਨਿਕਲੇ ਜਾਂ ਦਵਾਈਆਂ ਨਿਕਲੀਆਂ ਜਿਹੜਾ ਕਿ ਉਹ ਹੱਲ ਹੋ ਸਕਦਾ ਹੈ ਸਰਸਬ ਇਹਤੇ ਇੱਕ ਹੋਰ ਮੇਰੇ ਨਾਲ ਜਿਹੜੀ ਦਿਮਾਗ ਰੇਸ਼ ਆਉਂਦੀ ਆ ਕਿ ਅਸੀਂ ਆਮ ਤੌਰ ਤੇ ਵੇਖਦੇ ਆ ਕਿ ਗਰਮੀਆਂ ਦੇ ਵਿੱਚ ਚੀਜ਼ਾਂ ਬੜੀ ਛੇਤੀ ਖਰਾਬ ਹੁੰਦੀਆਂ ਹਾਂ ਜੀ ਆਪਾਂ ਘਰ ਦੇ ਵਿੱਚ ਵੀ ਸਾਡੇ ਫਰਿਜਾਂ ਦੀ ਬਹੁਤ ਜਿਹੜੀ ਆ ਉਹ ਲੋਡ ਵੱਜ ਜਾਂਦੀ ਆ ਅਸੀਂ ਉਹਨਾਂ ਨੂੰ ਠੰਡਿਆਂ ਰੱਖਦੇ ਆ ਫੇਰ ਵੀ ਵੇਖੀਦਾ ਕਈ ਵਾਰੀ ਉਹ ਬੁੱਸ ਗਈਆਂ ਜੀ ਉਹਨਾਂ ਚੋਂ ਖੱਟੀ ਸਮੈਲ ਆਉਣ ਲੱਗ ਪਈ ਜਦੋਂ ਅਸੀਂ ਪਸ਼ੂ ਖਰਾਕ ਦੀ ਗੱਲ ਕਰਦੇ ਆ ਉਹਦੇ ਵੀ ਅਸੀਂ ਕਈ ਚੀਜ਼ਾਂ ਗਿੱਲੀਆਂ ਪਾਉਣੀਆਂ ਹੁੰਦੀਆਂ ਕਈ ਵਾਰੀ ਅਸੀਂ ਸੰਨੀ ਕਰਦੇ ਆ ਕਈ ਵਾਰੀ ਗਿੱਲਾ ਦਾਣਾ ਪਾਉਣੇ ਕਿ ਉੱਥੇ ਵੀ ਕੋਈ ਇਹ ਪ੍ਰਕਿਰਿਆ ਜਿਹੜੀ ਆ ਇਸ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਆ ਕਿ ਅਸੀਂ ਐ ਪਸ਼ੂ ਨੂੰ ਵੀ ਜਿਹੜੀ ਆ ਉਹ ਕਿਤੇ ਜ਼ਿਆਦਾ ਤਜਾਬੀਪਣ ਵਾਲੀ ਚੀਜ਼ ਨਾ ਦੇ ਦਈਏ ਜ਼ਿਆਦਾ ਕੋਈ ਮਾੜਾ ਨਾ ਦੇ ਦਈਏ ਜਨਾ ਉਹਦੇ ਮਿਹਦੇ ਤੇ ਅਸਰ ਪਈ ਉਹਦੀ ਸਿਹਤ ਤੇ ਅਸਰ ਪਈ ਜਦੋਂ ਵੀ ਅਸੀਂ ਕਿਸੇ ਡੇਰੀ ਫਾਰਮ ਤੇ ਜੰਨੇ ਤਾਂ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ 1 ਵਜੇ ਤੱਕ ਹੀ ਉਹਦੇ ਫਾਰਮ ਤੇ ਜਾਈਏ ਉਹਦਾ ਕਾਰਨ ਇਹ ਆ ਕਿ 10 ਤੋਂ 1 ਜਾਂ 2 ਵਜੇ ਤੱਕ ਫਾਰਮ ਤੇ ਕੋਈ ਕੰਮ ਨਹੀਂ ਹੁੰਦਾ ਸਵੇਰ ਦੀ ਸੰਨੀ ਹੋ ਚੁੱਕੀ ਹੁੰਦੀ ਆ ਦੁੱਧ ਚੋਈ ਕਰਕੇ ਮੰਡੀਕਰਨ ਹੋ ਚੁੱਕਾ ਹੁੰਦਾ ਫਾਰਮਰ ਥੋੜਾ ਬਹੁਤ ਆਰਾਮ ਕਰ ਰਿਹਾ ਹੁੰਦਾ ਪਰ ਜਦੋਂ ਤੁਸੀਂ ਉੱਥੇ ਜਾਓਗੇ ਤਾਂ ਉੱਥੇ ਜਾਨਵਰ ਬੈਠੇ ਹੋਣੇ ਚਾਹੀਦੇ ਆ ਤੇ ਜੁਗਾਲੀ ਕਰਦੇ ਚਾਹੀਦੇ ਇਹਦਾ ਮਤਲਬ ਆ ਕਿ ਜਾਨਵਰ ਰੱਜਿਆ ਹੋਇਆ ਜਾਨਵਰ ਬੈਠਾ ਹੋਇਆ ਜੁਗਾਲੀ ਕਰਦਾ ਪਰ ਜਦੋਂ ਅਸੀਂ ਉਥੇ ਖੁਰਲੀ ਦੇ ਵਿੱਚ ਦੇਖੀਦਾ ਥੋੜੀ ਵਾਲੀ ਗੱਲ ਆ ਗਈ ਵੀ ਉੱਥੇ ਮੱਖੀਆਂ ਬਹੁਤ ਹੁੰਦੀਆਂ ਜਦੋਂ ਅਸੀਂ ਉਹ ਫੀਡ ਨੂੰ ਹੱਥ ਲਾਈਦਾ ਉਹਦੇ ਵਿੱਚ ਗਰਮੈਸ਼ ਬਹੁਤ ਨਿਕਲਦੀ ਆ ਇਹਦਾ ਮਤਲਬ ਜਿਹੜੀ ਸਵੇਰ ਦੀ 7 ਵਜੇ ਦੀ ਸੰਨੀ ਕੀਤੀ ਹੋਈ ਆ ਹਾਈ ਹਿਊਮਿਡਿਟੀ ਜਦੋਂ ਉਹਨੇ ਨਹੋਣਾ ਜਾਂ ਹਾਈ ਟੈਂਪਰੇਚਰ ਕਰਕੇ ਜਿਹੜੇ ਜ਼ਰਾਸੀਮ ਆ ਹਵਾ ਦੇ ਵਿੱਚ ਆ ਉਹ ਉਹ ਵਧੀਆ ਫੀਡ ਤੇ ਪੈਂਦੇ ਆ ਉਹ ਫਟਾਫਟ ਡਬਲ ਟ੍ਰिपल ਹੋਣੇ ਸ਼ੁਰੂ ਹੋ ਜਾਂਦੇ ਆ ਉਹਦੇ ਨਾਲ ਉੱਪਰਲੀ ਤਹਿ ਜਿਹੜੀ ਹੁੰਦੀ ਆ ਉਹ ਪੁਸਪਸੀ ਜੀ ਸੁੱਕੀ ਲੱਗਦੀ ਆ ਥੱਲੋਂ ਗਿੱਲਾ ਲੱਗਦਾ ਉੱਪਰੋਂ ਕੁਝ ਫਰਕ ਨਹੀਂ ਪੈਂਦਾ ਥੱਲੋਂ ਉਹ ਹੀਟ ਮਾਰਦੀ ਆ ਉਹ ਫਿਰ ਜਾਨਵਰ ਜਿਹੜਾ 4 ਵਜੇ ਖਾਣਾ ਸੀ 3 ਵਜੇ ਖਾਣਾ ਸੀ ਆ ਫਿਰ ਖਾਂਦਾ ਨਹੀਂ ਕਿਉਂਕਿ ਉਹਨੂੰ ਲੱਗਦਾ ਵੀ ਸਵੇਰੇ ਤਾਂ ਬਹੁਤ ਤਾਜ਼ਾ ਤਾਜ਼ਾ ਸੀ ਮਲੈਮ ਸੀ ਹੁਣ ਉਹ ਡਰਾਈ ਹੋ ਗਿਆ ਕਿਉਂਕਿ ਤਾਪਮਾਨੀ ਇਹਨਾਂ ਉਹ ਵੈਪੋਰੇਸ਼ਨ ਨਾਲ ਕੁਝ ਕੈਮੀਕਲਸ ਆਹ ਰਿਆ ਜਿਹੜੇ ਕਿ ਅਸੀਂ ਜਦੋਂ ਉਹਨੂੰ ਮਿਕਸ ਕਰਦੇ ਆ ਫੀਡ ਦੇ ਵਿੱਚ ਤੋਂ ਪਾਣੀ ਦੀ ਤਹਿ ਨੂੰ ਉਹਦੇ ਉੱਤੇ ਕੋਟਿੰਗ ਕਰ ਦਿੰਦੇ ਆ ਤੇ ਉਹ ਮੋਇਸਚਰ ਉੱਡਣ ਨਹੀਂ ਦਿੰਦੇ ਤੇ ਉਹ ਜਿਹੜਾ ਫਰੈਸ਼ ਤੁਹਾਡਾ ਟੀਐਮਆਰ ਕਹ ਲੋ ਜਿਹਨੂੰ ਸੰਨੀ ਕਹਿੰਦੇ ਆ ਵਿੱਚੇ ਪੱਠਾ ਵਿੱਚੇ ਤੋੜੀ ਵਿੱਚੇ ਫੀਡ ਤਾਂ ਉਦਾਂ ਦੀ ਉਹ ਮੋਇਸਚਰ ਉਦਾਂ ਦੀ ਉਹਦੀ ਕੰਸਿਸਟੈਂਸੀ ਜਿਹਨੂੰ ਕਹਿੰਦੇ ਆ ਹੱਥ ਲਾ ਕੇ ਜਿਵੇਂ ਆਪਾਂ ਮਲੈਮਨੈਸ ਦੇਖਦੇ ਆ ਉਦਾਂ ਦਾ ਹੀ 3-4 ਵਜੇ ਤੱਕ ਰਹਿੰਦਾ ਪਰ ਹੋਰ ਸਿਆਣੇ ਫਾਰਮਰ ਹਰਪ੍ਰੀਤ ਜੀ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਸ਼ਾਮ ਨੂੰ ਖੁਰਲੀਆਂ ਭਰਨੀ ਸ਼ੁਰੂ ਕਰਤੀ ਅੱਜ ਸ਼ਾਮ ਦਾ ਟੈਂਪਰੇਚਰ 27-28 ਹੋ ਜਾਣਾ ਰਾਤ ਨੂੰ ਉਹਨੇ ਬਲਬ ਲਾ ਲੈਣੇ ਆ ਟੂਬਾਂ ਲਾ ਦੇਣੀਆਂ 19 ਕਿ ਟੂਬਾਂ ਦੀ ਰੋਸ਼ਨੀ ਚਾਹੀਦੀ ਹੈ ਜਿਵੇਂ ਆਪਾਂ ਅਖਬਾਰ ਜੀ ਪੜ੍ਹ ਲਈਏ ਤਾਂ ਉਹ ਰਾਤ ਨੂੰ ਕਹਿੰਦੇ ਅ ਵੀ ਅਸੀਂ ਰਾਤ ਨੂੰ ਪੂਰਾ ਕਰ ਦਿੰਦੇ ਆ ਸਵੇਰੇ ਅਸੀਂ ਕੁਝ ਨਹੀਂ ਦਿੰਦੇ ਸਵੇਰੇ ਜਾਨਵਰ ਪਾਣੀ ਤੇ ਹੁੰਦਾ ਮਤਲਬ ਜੋ ਦਿਨ ਦੇ ਵਿੱਚ ਖੁਰਾਕ ਸੀ ਉਹ ਰਾਤ ਨੂੰ ਕਰਦੀ ਰਾਤ ਨੂੰ ਜਿਵੇਂ ਖਾਲੀ ਰਹਿੰਦੇ ਸੀ ਇਦਾਂ ਦਿਨ ਤੇ ਕਰਦਾ ਉਹਦੇ ਨਾਲ ਜਾਨਵਰ ਦਾ ਦੁੱਧ ਵੀ ਬਰਕਰਾਰ ਰਹਾ ਜਾਨਵਰ ਨੂੰ 24 ਘੰਟਿਆਂ 'ਚ ਪਾਣੀ ਫੀਡ ਮਿਲਣੀ ਚਾਹੀਦੀ ਆ ਉਹ ਠੰਡੇ ਠੰਡੇ ਟਾਈਮ ਖਾ ਗਿਆ ਉਹਨਾਂ ਨੇ ਮਤਲਬ ਹੌਲੀ ਹੌਲੀ ਜਿਉਂ-ਜਿਉਂ ਮੌਸਮ ਦਿਨ ਦਿਨ ਵੱਧਦੇ ਜਾਂਦੇ ਆ ਉਹਨਾਂ ਨੇ ਉਸੇ ਹਿਸਾਬ ਨਾਲ ਟਾਈਮ ਚੇਂਜ ਕਰਤਾ ਸ਼ਾਮ ਦੀ ਫੀਡਿੰਗ ਹੋਰ ਲੇਟ ਕਰਤੀ ਹੋਰ ਲੇਟ ਕਰਤੀ ਕਰਦੇ ਕਰਦੇ ਰਾਤ ਨੂੰ 8 ਵਜੇ ਮੈਂ ਦੇਖਿਆ ਕਈ ਫਾਰਮਾਂ 'ਚ ਖੁਰਲੀਆਂ ਭਰ ਰਹੇ ਹੁੰਦੇ ਆ ਕਈ ਹੁਣ ਦੇਖੋ ਵੀ ਇਹਨਾਂ ਨੇ ਖਾ ਕੇ ਰਾਤ ਨੂੰ 11 ਵਜੇ ਮਸਤੀ ਕਰਨੀ ਆ ਸਵੇਰੇ 4 ਵਜੇ ਦੁੱਧ ਵਧੀਆ ਮਿਲ ਜਾਣਾ ਕਿਸਾਨ ਵੀ ਸਾਡੇ ਕਿਸਾਨ ਵੀਰ ਆਪਣੀ ਡੇਰੀ ਫਾਰਮਾਂ ਤੇ ਇਹੋ ਜਿਹਾ ਅਜ਼ਮਾਉਂਦੇ ਨੇ ਕਿ ਜੇ ਉਹ ਕਾਰਗਰ ਸਾਬਤ ਹੋਣ ਤਾਂ ਉਹਨਾਂ ਨੂੰ ਹੋਰ ਥਾਂ ਤੇ ਦੁਹਰਾਇਆ ਵੀ ਜਾ ਸਕਦਾ ਹੈ ਸਾਡੇ ਦੂਸਰੇ ਫਾਰਮਰ ਜਿਹੜੇ ਆ ਕਿਸਾਨ ਵੀਰ ਉਹ ਵੀ ਇਹੋ ਜਿਹਾ ਕਰ ਸਕਦੇ ਆ ਕਿਉਂਕਿ ਜਦੋਂ ਵੀ ਅਸੀਂ ਕੋਈ ਤਬਦੀਲੀ ਲਿਆਉਣੀ ਹੁੰਦੀ ਆ ਤਾਂ ਉਹਦੇ ਵਿੱਚ ਵੇਖਣ ਦੀ ਲੋੜ ਹੁੰਦੀ ਆ ਕਿ ਜੋ ਅਸੀਂ ਪ੍ਰਯੋਗ ਕਰਦੇ ਆ ਕਿ ਉਹ ਸਾਡੇ ਵਾਸਤੇ ਫਾਇਦੇਮੰਦ ਸਾਬਤ ਹੁੰਦੇ ਕਿ ਨਹੀਂ ਹੁੰਦੇ ਜੇ ਉਹ ਫਾਇਦੇਮੰਦ ਸਾਬਤ ਹੁੰਦੇ ਆ ਤਾਂ ਇਸ ਤਰੀਕੇ ਨਾਲ ਤਬਦੀਲੀਆਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਜੜਾ ਵੇਖਿਆ ਪਰਖਿਆ ਜਾ ਸਕਦਾ ਡਾਕਟਰ ਸਾਹਿਬ ਹੁਣ ਤੁਸੀਂ ਗੱਲ ਕੀਤੀ ਸੀ ਪਹਿਲਾਂ ਫੋਗਰ ਦੀ ਪਸ਼ੂਆਂ ਨੂੰ ਨਹਾਉਣ ਦੀ ਹੁਣ ਮੈਂ ਥੋੜਾ ਇਸ ਗੱਲ ਤੇ ਆਉਣਾ ਚਾਹੁੰਨਾ ਹੈ ਕਿ ਸਾਨੂੰ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਭੇਡ ਚਾਲ ਚੂ ਚਲਾ ਦਿੰਨੇ ਆ ਹਾਂਜੀ ਅਸੀਂ ਇਹ ਵੇਖਦੇ ਆਂ ਕਿ ਉਹਨਾਂ ਦਾ ਜਿਹੜਾ ਵਾ ਉਹ ਇੰਨਾ ਚਿਰ ਵਰਤਦੇ ਆ ਅਸੀਂ ਕਿਉਂ ਨਾ ਵਰਤੀਏ ਇਹਨਾਂ ਸਾਨੂੰ ਫਾਇਦਾ ਹੋਊਗਾ ਜਿਵੇਂ ਤੁਸੀਂ ਦੱਸਿਆ ਕਿ 12-12 ਘੰਟੇ ਜਿਹੜੇ ਫੋਗਰ ਚੱਲਦੇ ਰਹਿੰਦੇ ਆ ਹਾਂਜੀ ਇਹੋ ਜੇ ਕਿਹੜੇ ਨੁਕਤੇ ਆ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੁਣ ਵੇਖੋ ਆਪਾਂ ਇੱਥੇ ਰੁੱਖਾਂ நிਛਾਵੇਂ ਬੈਠੇ ਆਂ ਤੇ ਮੈਨੂੰ ਨਹੀਂ ਲੱਗ ਰਿਹਾ ਕਿ ਨਾ ਕੋਈ ਤੁਹਾਨੂੰ ਪਸੀਨਾ ਆ ਰਿਹਾ ਨਾ ਕੋਈ ਮੈਨੂੰ ਆ ਰਿਹਾ ਬੜਾ ਸੋਹਣਾ ਇਸ ਲਈ ਮਾਹੌਲ ਬਣਿਆ ਹੋਇਆ ਕਿ ਇਹੋ ਨੀਆਂ ਚੀਜ਼ਾਂ ਜਿਹੜੀਆਂ ਸਾਡਾ ਕੁਦਰਤੀ ਢਾਂਚਾ ਸੀਗਾ ਕਿ ਫਾਰਮਰ ਦੇ ਉੱਤੇ ਰੁੱਖਾਂ ਦੀ ਲੋੜ ਜਾਂ ਫਾਰਮਰ ਦੇ ਉੱਤੇ ਕੋਈ ਛਾਂ ਕਰਨ ਦੀ ਲੋੜ ਜਾਂ ਕੋਈ ਛੱਤਾਂ ਜਿਹੜੀਆਂ ਵਾਂ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਕੁਝ ਜਿਵੇਂ ਪਰਾਲੀ ਦੀ ਕਹਿੰਦੇ ਬੜੀ ਸੋਹਣੀ ਸਜਾਈ ਵਰਤੋਂ ਕੀਤੀ ਜਾਂਦਾ ਸਾਰੀ ਇਹੋ ਜਿਹੇ ਕਿਹੜੇ ਨੁਕਤੇ ਜਿਹਨਾਂ ਦਾ ਖਿਆਲ ਰੱਖਣ ਦੀ ਲੋੜ ਹੈ ਜੀ ਹਰਪ੍ਰੀਤ ਜੀ ਮੈਂ ਇਹਦੇ 'ਚ ਥੋੜਾ ਜਿਹਾ ਬੱਕਰੇ ਟਾਈਪ ਦਾ ਮੈਂ ਆਨਸਰ ਦੇਣਾ ਚਾਹੂੰਗਾ ਕਿ ਜਦੋਂ ਲੋੜਾਂ ਦੀ ਗੱਲ ਕਰਦੇ ਆਂ ਜਾਨਵਰ ਦੀ ਲੋੜ ਕਹਿੰਦੀ ਆ ਤਾਂ ਜਾਨਵਰ ਪਹਿਲਾਂ ਤਾਂ ਚਾਹੁੰਦਾ ਕਿ ਮੈਨੂੰ ਛਾਂ ਦੇ ਜੀ ਛਾਂ ਚਾਹੇ ਉਹ ਸ਼ੈੱਡ ਦੇ ਪੱਕੇ ਦੀ ਆ ਨਾ ਉਹਨੂੰ ਪਤਾ ਵੀ ਸਰਕੰਡਾ ਲੱਗਿਆ ਨਾ ਉਹਨੂੰ ਪਤਾ ਇੱਟ ਬੱਲਾ ਤਾਂ ਨਾ ਹੀ ਉਹਨੂੰ ਪਤਾ ਐਸਬੈਸਟੋ ਸ਼ੀਟ ਆ ਉਹ ਤਾਂ ਦਰਖਤ ਦੇ ਥੱਲੇ ਵੀ ਬੈਠਾ ਆਪਣੇ ਵਾਂਗ ਇੰਜੋਏ ਕਰ ਰਿਹਾ ਪਹਿਲਾਂ ਤਾਂ ਛਾਂ ਚਾਹੀਦੀ ਆ ਆਪਾਂ ਜਦ ਵੀ ਪਿੰਡਾਂ 'ਚ ਜੰਨੇ ਆ ਮੱਝਾਂ ਆਪਾਂ ਨੂੰ ਕਿੱਥੇ ਦਿਖਦੀਆਂ ਤੁਹਾਨੂੰ ਪਤਾ ਵੀ ਉਹ ਇੱਕ ਦਰਖਤ ਦੇ ਥੱਲੇ ਬੰਨੀਆਂ ਨਾਲ ਹੀ ਉਹਨਾਂ ਦੀਆਂ ਪਾਥੀਆਂ ਪਈਆਂ ਵਿਚਾਰੀ ਐ ਘੁੰਮ ਕੰਮ ਕੇ ਉਹਦੇ ਸੰਗਲ ਛੋਟੇ ਹੋਏ ਕਿ ਫਾਰਮਰ ਧਿਆਨ ਨਹੀਂ ਕਰ ਰਿਹਾ ਵੀ ਇੱਕ ਮੇਰੀ ਮੱਝ ਜਾਂ ਇੱਕ ਗਾਂ ਦੇ ਉੱਤੇ ਐ ਧੁੱਪ ਸਿੱਧੀ ਪੈ ਰਹੀ ਆ ਧੁੱਪ ਡਾਇਰੈਕਟ ਧੁੱਪ ਤਾਂ ਪੈਣੀ ਹੋਣੀ ਚਾਹੀਦੀ ਪਹਿਲਾ ਪੁਆਇੰਟ ਤਾਂ ਇਹ ਆ ਜੀ ਦੂਜਾ ਜਿਵੇਂ ਆਪਾਂ ਗੱਲ ਕੀਤੀ ਪਹਿਲਾਂ ਵੀ ਪਾਣੀ ਚਾਹੀਦਾ ਪਾਣੀ ਤਾਜ਼ਾ ਚਾਹੀਦਾ ਪਾਣੀ ਰਜਮਾ ਚਾਹੀਦਾ ਤੀਜੀ ਜਿਹੜੀ ਗੱਲ ਆ ਸਭ ਤੋਂ ਵੱਧ ਉਹ ਚਾਹੀਦਾ ਫਰਸ਼ ਬੈਠਣ ਜਾਨਵਰ ਕੋਈ ਵੀ ਹੋਵੇ ਉਹਨੇ 10 ਮਿੰਟ ਫੀਡ ਖਾ ਕੇ ਪਾਣੀ ਪੀ ਕੇ ਬੈਠਣਾ ਔਰ ਬਹਿ ਕੇ ਜੁਗਾਲੀ ਕਰਨੀ ਆ ਤੇ ਜਦੋਂ ਜੁਗਾਲੀ ਕਰਨੀ ਆ ਤਾਂ ਉਹ ਉਹਦੇ ਲਈ ਜਿਹੜੀ ਉਹ ਜਗਾ ਆ ਉਹ ਬੜੀ ਆਰਾਮਦਾਇਕ ਚਾਹੀਦੀ ਆ ਲੋਕਾਂ ਨੇ ਮੈਟਾਂ ਪਛਾਤੀਆਂ ਮੈਟ ਸਮਾਂ ਗਰਮੀਆਂ 'ਚ ਗਰਮ ਹੋ ਜਾਂਦੀਆਂ ਜਿਵੇਂ ਤੁਸੀਂ ਗੱਲ ਕਹੀ ਪਰਾਲੀ ਦੀ ਜੇ 3-4 ਇੰਚ ਦੀ ਪਰਾਲੀ ਦੀ ਤਹਿ ਲੱਗੀ ਹੋਵੇ ਉਹਦੇ 'ਚ ਪਿਸ਼ਾਬ ਵੀ ਸੋਖ ਹੋ ਜਾਣਾ ਉਹਦੇ 'ਚ ਗੋਹਾ ਵੀ ਸਮਾ ਜਾਣਾ ਔਰ ਚੰਗਾ ਫਾਰਮਰ ਹਫਤੇ ਬਾਅਦ ਉਹ ਸਾਰੀ ਪਰਾਲੀ ਚੱਕ ਕੇ ਉਹਦੀ ਰੂੜੀ ਖਾਦ ਬਣਾ ਰਿਆ ਨਵੀਂ ਪਰਾਲੀ ਫੇਰ ਲੈ ਕੇ ਆ ਰਿਹਾ ਇਹਦੀ ਪਰਾਲੀ ਦੇ ਵੀ ਸਾਧੋ ਉਪਯੋਗ ਹੋ ਗਿਆ ਬੈਡਿੰਗ ਹੈਗੀ ਆ ਉਹਦੇ ਨਾਲ ਦੇਖਣ ਚਾਇਆ ਮਸਟਾਈਟਸ ਦੇ ਵੀ ਕੇਸ ਘਟੇ ਆ ਔਰ ਦੁੱਧ ਵੀ ਵੱਧ ਗਿਆ ਪਰ ਲਾਸਟ ਇੱਕ ਆਈਟਮ ਹੋਰ ਆ ਗਿਆ ਉਹ ਜਾਨਵਰ ਕਹਿੰਦਾ ਮੈਨੂੰ ਖੁੱਲਾ ਛੱਡ ਮੈਂ ਖੁੱਲਾ ਰਹਿ ਕੇ ਚਾਹੇ ਮੈਂ ਇੱਥੇ ਬੈਠਾਂ ਚਾਹੇ ਮੈਂ ਗਵਾਂਡਣ ਕੋਲ ਜਾ ਕੇ ਬੈਠਾਂ ਮੈਂ ਆਪਣੀ ਮਰਜ਼ੀ ਨਾਲ ਜਿੱਥੇ ਬੈਠਾਂ ਸਾਡੀਆਂ ਮੱਝਾਂ ਦਾ ਕਦੇ ਖੁੱਲੀਆਂ ਛੱਡੀਆਂ ਹੀ ਨਹੀਂ ਹੁਣ ਕੁਝ ਫਾਰਮਰ ਨੇ ਮੱਝਾਂ ਦੇ ਸਿੰਗ ਦਾਗਣੇ ਸ਼ੁਰੂ ਕੀਤੇ ਆ ਤੇ ਉੱਥੇ ਅਸੀਂ ਦੇਖਣ ਚ ਆਏ ਵੀ ਮੱਝਾਂ ਖੁੱਲੀਆਂ ਰਹਿੰਦੀਆਂ ਆ ਆ ਚਾਰ ਚੀਜ਼ਾਂ ਦਾ ਪਹਿਲਾਂ ਚਾਹੇ ਸਰਦੀ ਆ ਤੇ ਚਾਹੇ ਗਰਮੀਆਂ ਇਹ ਤਾਂ ਕਰਨੀਆਂ ਪੈਣੀਆਂ ਉਤੋਂ ਬਾਅਦ ਜਿਵੇਂ ਆਪਾਂ ਗੱਲ ਕੀਤੀ ਵੀ ਜੋ ਖੁਰਾਕ ਦੀ ਗੱਲ ਆ ਵੀ ਕਈ ਵਾਰੀ ਅਹਲਾ ਕਹਿੰਦੇ ਵੀ ਅਸੀਂ ਗਿੱਲੀ ਕਰ ਸਕਦੇ ਹਾਂ ਜੀ ਖੁਰਾਕ ਅਸੀਂ ਇਹੀ ਕਹਿੰਨੇ ਆ ਵੀ ਗਿੱਲੀ ਓਨੀਕ ਕਰੋ ਵੀ ਖੁਰਾਕ ਫੀਡ ਨੂੰ ਨਾ ਕਰੋ ਤੁਸੀਂ ਤੂੜੀ ਮੜੀ-ਮੋਟੀ ਗਿੱਲੀ ਕਰ ਲਓ ਉਹ ਪੱਠੇ ਤੇ ਸਾਈਲੇ ਤੇ ਤੁਸੀਂ ਤੂੜੀ ਗਿੱਲੀ ਪਾ ਕੇ ਉਹਦੇ ਤੇ ਫੀਡ ਪਾ ਕੇ ਸੰਨੀ ਕਰ ਲਓ ਜਾਨਵਰ ਖਾ ਜਾਊਗਾ ਪਰ ਕਈ ਵੀਰ ਫੀਡ ਨੂੰ ਬਹੁਤ ਗਿੱਲਾ ਕਰ ਦਿੰਦੇ ਆ ਇੱਕ ਗਿੱਲਾ ਪੰਡਾ ਬੋਰੀ 'ਚ ਰਹਿ ਜਾਂਦਾ ਉਹਦੇ ਨਾਲ ਫਿਰ ਉਲੀ ਵੀ ਵੱਧ ਜਾਂਦੀ ਆ ਤੇ ਉਹ ਨਾਲ ਬਿਮਾਰੀ ਤਾਂ ਜਿਹੜਾ ਹੋਰ ਹੁੰਦਾ ਤਾਂ ਇਥੇ ਕਰਕੇ ਕਈ ਵਾਰੀ ਉਲੀ ਰਹਿਤ ਜਦੋਂ ਸਟ੍ਰੈਸ ਪੈਂਦਾ ਫਿਰ ਐਨਾਪਲਾਜ਼ਮੋਸਿਸ ਬੈਬੀਓਸ਼ਸ ਇਹ ਜੀਆਂ ਬਿਮਾਰੀਆਂ ਫਿਰ ਜਦੋਂ ਪਾਣੀ ਹੋ ਰਹਿਦਾ ਉਥੇ ਮੱਖੀਆਂ ਦੇ ਅੰਡੇ ਮਛਰਿਆਂ ਦੇ ਅੰਡੇ ਫਿਰ ਉਹ ਕਈ ਹੋਰ ਕਿਸਮ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਕੰਟਰੋਲ ਕਰਨਾ ਪੈਣਾ ਜੇ ਪਾਣੀ ਵੱਧ ਛੜਕਾਤਾ ਤੇ ਫਰਸ਼ ਵੀ ਸਾਨੂੰ ਸਾਫ਼ ਚਾਹੀਦਾ ਸੁੱਕਾ ਚਾਹੀਦਾ ਤਾਂ ਕਿ ਜਾਨਵਰ ਨੇ ਉਥੇ ਬੈਠਣਾ ਉਹ ਜਾਨਵਰ ਫਿਰ ਗਿੱਲੇ ਤੇ ਬੈੰਦਾ ਨਹੀਂ ਉਹ ਖੜਾ ਰਹੂਗਾ ਉਹਨੇ ਜੁਗਾਲੀ ਨਹੀਂ ਕਰਨੀ ਦੁੱਧ ਫੇਰ ਘਟ ਜਾਣਾ ਯਾਨੀ ਕਿਸਾਨ ਵੀਰ ਉਹ ਇੱਕ ਪੂਰਾ ਕ੍ਰਮ ਜਾਂ ਇੱਕ ਚੱਕਰ ਆ ਜਿਹਦੇ ਨਾਲ ਤੁਸੀਂ ਆਪਣੇ ਪਸ਼ੂਆਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਰੱਖ ਸਕਦੇ ਇੱਕ ਵਾਰੀ ਜੇ ਅਸੀਂ ਉਸ ਚੱਕਰ ਨੂੰ ਤੋੜ ਲਿਆ ਤਾਂ ਨੁਕਸਾਨ ਆ ਤੇ ਜੇ ਅਸੀਂ ਉਸ ਚੱਕਰ ਨੂੰ ਅਪਣਾ ਲਿਆ ਤਾਂ ਫਿਰ ਜਿਹੜਾ ਮੈਨੂੰ ਲੱਗਦਾ ਵੀ 9 11 12 ਸਦਾ ਜਿਹੜੀਆਂ ਉਹ ਸਾਡੇ ਕਿਸੇ ਵੀ ਕਿਸਾਨ ਵੀਰ ਦੇ ਫਾਰਮ ਤੇ ਜਿਹੜੀਆਂ ਰਹਿ ਸਕਦੀਆਂ ਹੈ ਰਾਜ ਸਾਹਿਬ ਸਾਨੂੰ ਕਿਸਾਨ ਵੀਰ ਕਈ ਵਾਰੀ ਕਹਿੰਦੇ ਆ ਕਿ ਜਦੋਂ ਪਸ਼ੂਆਂ ਦੀ ਗੱਲ ਕਰ ਰਹੇ ਹੁੰਦੇ ਜੇ ਵੀ ਸਾਡਾ ਨਾਲ ਅਸੀਂ ਮੁਰਗੀ ਫਾਰਮ ਦਾ ਵੀ ਕੰਮ ਕਰਦੇ ਆਂ ਹਾਂਜੀ ਤੇ ਕਿਉਂਕਿ ਮੁਰਗੀਆਂ ਦੀ ਪੂਰੀ ਜੱਤ ਹੁੰਦੀ ਆ ਗਰਮੀਆਂ ਦੇ ਵਿੱਚ ਠੀਕ ਹੈ ਜੀ ਹਾਂਜੀ ਉਸ ਪੱਖੋਂ ਸਾਨੂੰ ਮੁਰਗੀ ਫਾਰਮ ਦੇ ਉੱਤੇ ਜਿਹੜਾ ਵਾ ਉਹ ਕਿਹੋ ਜਿਹਾ ਕੋਈ ਪ੍ਰਬੰਧ ਧਿਆਨ ਰੱਖਣ ਦੀ ਲੋੜ ਹੈ ਉਹਨਾਂ ਦੀ ਖੁਰਾਕ ਦੇ ਵਿੱਚ ਕੀ ਹੋਣੀਆਂ ਸਾਨੂੰ ਤਬਦੀਲੀਆਂ ਲਿਆਉਣੀਆਂ ਬਣਦੀਆਂ ਜੀ ਜਿਹੜੀ ਤਾਂ ਪ੍ਰਬੰਧ ਦੀ ਗੱਲ ਕੀਤੀ ਉੱਥੇ ਵੀ ਫੋਗਰਸ ਲੱਗੇ ਹੋਏ ਆ ਉੱਥੇ ਵੀ ਕੂਲਰ ਵੀ ਲਾਏ ਹੋਏ ਆ ਉੱਥੇ ਐਗਜ਼ਾਸਟ ਫੈਨ ਲੱਗੇ ਹੋਏ ਆ ਤਾਂ ਕਿ ਉਹ ਤਾਂ ਸ਼ੈੱਡ ਦੇ ਅੰਦਰ ਹੀ ਰਹਿੰਦੀਆਂ ਇਸ ਕਰਕੇ ਉੱਥੇ ਤਾਂ ਜਿਵੇਂ ਆਪਾਂ ਪਹਿਲਾਂ ਡੰਗਰਾਂ ਬਾਰੇ ਕਿਹਾ ਉਦਾਂ ਦਾ ਹੀ ਕੰਮ ਉੱਥੇ ਹੋਣਾ ਆ ਸਪ੍ਰਿੰਕਲਰਸ ਉੱਥੇ ਵੀ ਲੱਗੇ ਆ ਪਰ ਇੰਨੀ ਕਿ ਧਾਰ ਹੋਣੀ ਚਾਹੀਦੀ ਆ ਕਿ ਥੱਲੇ ਉਹਨਾਂ ਦਾ ਜਿਹੜਾ ਬਿਚਾਉਣੀ ਆ ਉਹ ਗਿੱਲੀ ਨਾ ਹੋ ਸਕੇ ਖੁਰਾਕ ਦੇ ਵਿੱਚ ਵੀ ਉੱਥੇ ਵੀ ਊਰਜਾ ਵਧਾਉਣੀ ਪੈਂਦੀ ਆ ਉੱਥੇ ਵੀ ਸਾਨੂੰ ਖਲਾਂ ਵਧਾਉਣੀਆਂ ਪੈਂਦੀਆਂ ਪਰ ਨਾਲ ਕੁਝ ਪੋਲਟਰੀ ਫਾਰਮਾ ਥੋੜਾ ਜਿਆਦਾ ਸਿਆਣਾ ਜਿਵੇਂ ਮੈਂ ਪਹਿਲਾਂ ਕਿਹਾ ਵਿਟਾਮਿਨ ਸੀ ਵੀ ਵੱਧ ਪਾਉਂਦਾ ਉਹ ਤੇਲ ਪਾਉਂਦਾ ਆਪਾਂ ਇੱਥੇ ਬਾਈਪਾਸ ਫੈਟ ਦੀ ਗੱਲ ਕਰੀ ਸੀ ਤੇ ਉੱਥੇ ਨਾਲ ਨਾਇਆਸਿਨ ਬਾਇਓਟਿਨ ਕੋਲੀਨ ਕੋਲਰਾਈਡ ਦੇ ਨਾਲ ਬੀਟੇਨ ਵਰਗੀਆਂ ਜਿਹੜੀਆਂ ਦਵਾਈਆਂ ਉਹ ਹੁਣ ਡੰਗਰਾਂ ਦੇ ਵਿੱਚ ਵੀ ਸ਼ੁਰੂ ਹੋ ਗਈਆਂ ਉਹ ਪਾ ਕੇ ਜਾਨਵਰ ਦੇ ਪੀ ਐਚ ਨੂੰ ਕੰਟਰੋਲ ਕੀਤਾ ਜਾਂਦਾ ਉਹਦੇ ਆ ਜਿਹੜਾ ਦਿਮਾਗ ਦੇ ਵਿੱਚ ਉਹਦਾ ਜਿਹੜਾ ਅਸਰ ਆ ਗਰਮੀਆਂ ਦਾ ਉਹ ਘਟਾਇਆ ਜਾਂਦਾ ਕਿ ਜਾਨਵਰ ਚਾਹੇ ਹੋਏ ਤੇ ਚਾਹੇ ਉਹ ਪੰਛੀ ਹੋਏ ਉਹਨੂੰ ਸੈਟੀਸਫੈਕਸ਼ਨ ਹੋਏ ਉਹਨੂੰ ਗਰਮੀ ਦੀ ਰਾਹਤ ਮਿਲੇ ਤਾਂ ਕਿ ਉਹ ਫੀਡ ਵੱਧ ਖਾਏ ਗਰਮੀਆਂ ਦੇ ਵਿੱਚ ਤਾਂ ਫਿਰ ਜਦੋਂ ਫੀਡ ਘੱਟ ਖਾਂਦਾ ਤਾਂ ਉੱਥੇ ਅੰਡਾ ਕ੍ਰੈਕ ਹੋ ਜਾਂਦੀ ਸਾਨੂੰ ਪ੍ਰੋਬਲਮ ਆਉਂਦੀ ਆ ਅੰਡਾ ਟੁੱਟਣ ਦੀ ਸਾਨੂੰ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਨੇ ਫੀਡ ਘੱਟ ਖਾਈ ਆ ਇਸ ਕਰਕੇ ਉੱਥੇ ਕੈਲਸ਼ੀਅਮ ਦੀ ਜਿਹੜੀ ਆ ਉਹ ਮਿਕਦਾਰ ਸਾਨੂੰ ਉਹ ਵਧਾਣੀ ਪਊਗੀ ਐਦਾਂ ਹੀ ਹੁਣ ਜਿਵੇਂ ਬ੍ਰਾਇਲਰ ਦੀ ਗੱਲ ਜੇ ਮੈਂ ਕਰਾਂ ਤਾਂ ਹਫ਼ਤਾ ਪਹਿਲਾਂ ਹਰਪ੍ਰੀਤ ਜੀ 50 ਰੁਪਏ ਚੂਚੇ ਦਾ ਰੇਟ ਸੀ ਹੁਣ 31 ਰੁਪਏ ਦਾ ਰੇਟ ਆ ਹੁਣ ਤੁਸੀਂ ਕਹੋ ਵੀ ਗਰਮੀਆਂ ਦੇ ਵਿੱਚ 31 ਰੇਟ ਕਿਉਂ ਹੋ ਗਿਆ ਕੋਕਿ ਡਿਮਾਂਡ ਘਟ ਕੇ ਇੰਨੀ ਗਰਮੀ ਵਿੱਚ ਬ੍ਰੇਲਰ ਪਾਊਗਾ ਕੌਣ ਹੁਣ ਜਿਹਨੇ ਬ੍ਰੇਲਰ ਪਾਇਆ ਉਹਦੇ ਲਈ ਕੂਲਰ ਪਾਉਣੇ ਪੈ ਜਾਣੇ ਆ ਉਹਨੂੰ ਬਿਜਲੀ ਦਾ ਖਰਚਾ ਵੱਧ ਜਾਣਾ ਇਸ ਕਰਕੇ ਡਿਮਾਂਡ ਘਟ ਗਈ ਤੇ ਚੂਚਿਆਂ ਦਾ ਰੇਟ ਘਟ ਗਿਆ ਸੋ ਇਹ ਜਿਹੜੀਆਂ ਮੈਨੇਜਮੈਂਟ ਤਕਨੀਕਸ ਹੈਗੀਆਂ ਇਹ ਸਾਨੂੰ ਮੌਸਮ ਦੇ ਹਿਸਾਬ ਨਾਲ ਸਾਨੂੰ ਖੁਰਾਕ ਦੇ ਹਿਸਾਬ ਨਾਲ ਤੇ ਸਾਨੂੰ ਪੈਦਾਵਾਰ ਦੇ ਹਿਸਾਬ ਨਾਲ ਚੇਂਜ ਕਰਨੀਆਂ ਪੈਣੀਆਂ ਕਿਉਂਕਿ ਜੇ ਬ੍ਰਾਇਲਰ ਦੀ ਗੱਲ ਕਰੀ ਆ ਤਾਂ ਉੱਥੇ ਫਾਰਮੂਲਾ ਹੋਰ ਆ ਜੇ ਮੁਰਗੀਆਂ ਦੀ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਦੱਸਿਆ ਉੱਥੇ ਕੈਲਸ਼ੀਅਮ ਸਾਨੂੰ ਵੱਧ ਪਾਉਣਾ ਪੈਂਦਾ ਤਾਂ ਉਹ ਫਾਰਮੂਲੇ ਅਲੱਗਾ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਗਾਹੇ-ਵਗਾਹੇ ਸਾਡੇ ਯੂਨੀਵਰਸਿਟੀ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਪੋਲਟਰੀ ਦੀ ਪਿਗਰੀ ਦੀ ਗੋਟ ਦੀ ਔਰ ਡੇਰੀ ਦੀ ਅਸੀਂ ਟ੍ਰੇਨਿੰਗ ਕਰਾਉਨੇ ਆ ਤੇ ਜੇ ਉਹਦੇ 'ਚ ਉਹ ਹਫਤਾ ਤੇ ਕੋਈ ਦੱਸ ਦਿੰਦੀ ਹੁੰਦੀ ਆ ਕੋਈ ਪੰਜ ਦਿਨ ਦਿੰਦੀ ਹੁੰਦੀ ਆ ਜੇ ਉੱਥੇ ਆ ਕੇ ਉਹ ਟ੍ਰੇਨ ਤਾਨੂੰ ਉਮੀਦ ਆ ਕਿ ਉਸ ਤੋਂ ਬਾਅਦ ਉਹ ਹੋਰ ਵੀ ਵਧੀਆ ਵਪਾਰਿਕ ਪੰਦਰਾਂ ਤੇ ਉਹ ਆਪਣਾ ਕਿਤਾਬ ਵਧਾ ਸਕਦੇ ਆਹ ਜਿਹੜੀ ਤੁਹਾਡੀ ਸਖਲਾਈ ਦੀ ਗੱਲ ਆ ਉਹਰੇ ਤੋਂ ਮੇਰੇ ਧਿਆਨ ਦੇ ਚ ਆਇਆ ਕਿ ਇੱਕ ਤੇ ਇਹ ਆ ਕੇ ਤੁਸੀਂ ਸਖਲਾਈਆਂ ਕਰਾਉਂਦੇ ਜੀ ਹਾਂਜੀ ਦੂਸਰਾ ਮੈਨੂੰ ਇਹ ਦੱਸੋ ਕਿ ਜੇ ਸਾਡਾ ਕੋਈ ਪਸ਼ੂ ਪਾਲਕ ਕਿਸੇ ਤਰੀਕੇ ਦੇ ਨਾਲ ਇੱਥੇ ਜੁੜਨਾ ਚਾਹੇ ਕੋਈ ਤੁਸੀਂ ਜਥੇਬੰਦੀਆਂ ਕੋਈ ਤਿਆਰ ਕੀਤੀਆਂ ਹੋਣ ਵੀ ਕਿਤੇ ਸਿਆਣੇ ਮਾਹਰ ਜਿਹੜੇ ਆ ਉਹਨਾਂ ਦੀ ਸੰਗਤ ਕਰਨੀ ਹੋਵੇ ਜਾਂ ਮੰਨ ਲਓ ਜਿਵੇਂ ਮੈਂ ਦੂਜੀ ਗੱਲ ਤੁਹਾਡੇ ਨਾਲ ਨਾਲ ਹੀ ਦੂਜਾ ਸਵਾਲ ਕਰਦਾ ਕਿ ਕਿਸ ਨੇ ਫੀਡ ਜਿਹੜੀ ਆ ਉਹ ਤਿਆਰ ਕਰਾਉਣੀ ਹੋਵੇ ਉਹ ਕਹੇ ਜੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੀ ਕਰਾਂ ਕਿਵੇਂ ਕਰਾਂ ਕੋਈ ਇੱਥੇ ਵੀ ਯੂਨੀਵਰਸਿਟੀ ਕੋਈ ਤੁਹਾਡਾ ਵਿਭਾਗ ਕੋਈ ਬਾਹ ਫੜਦਾ ਹੋ ਜੀ ਹਾਂਜੀ ਇੱਥੇ ਪ੍ਰਸਾਰ ਸਿੱਖਿਆ ਵਿਭਾਗ ਹੈ ਜਾਂ ਨਿਰਦੇਸ਼ਕ ਪ੍ਰਸਾਰ ਸਿੱਖਿਆ ਵਿਭਾਗ ਹੈ ਜਿਹੜੀ ਗੱਲ ਕਹੀ ਜਥੇਬੰਦੀਆਂ ਦੀ ਸਾਡੇ ਇੱਥੇ ਹਰ ਦੂਜੀ ਵਾਰ ਡੇਰੀ ਪਾਲਕ ਦਾ ਜਿਹੜੀ ਆ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਦੂਜੇ ਸੋਮਵਾਰ ਬ੍ਰਾਇਲਰ ਫਾਰਮਰ ਦੀ ਮੀਟਿੰਗ ਹੁੰਦੀ ਆ ਤੀਜੇ ਬੁੱਧਵਾਰ ਮੁਰਗੀਆਂ ਵਾਲੇ ਆਪਣੀ ਮੀਟਿੰਗ ਕਰਦੇ ਆ ਉਹਨਾਂ ਦੀ ਐਸੋਸੀਏਸ਼ਨ ਜਿਹਾ ਜਥੇਬੰਦੀ ਕਰਦੀ ਆ ਤੀਜੇ ਵੀਰਵਾਰ ਦੇ ਵਿੱਚ ਪਿਗ ਫਾਰਮਰ ਦੀ ਜਿਹੜੀ ਆ ਸੰਸਥਾ ਉਹ ਮਿਲਦੀ ਆ ਤੇ ਚੌਥੇ ਵੀਰਵਾਰ ਨੂੰ ਬੱਕਰੀਆਂ ਦੀ ਮਿਲਦੀ ਆ ਇਦਾਂ ਹੀ ਸ਼ੁੱਕਰਵਾਰ ਨੂੰ ਲਾਸਟ ਸ਼ੁੱਕਰਵਾਰ ਨੂੰ ਅ ਮੱਛੀ ਪਾਲਕ ਜੇ ਵੀ ਇਕੱਠੇ ਹੁੰਦੇ ਆ ਹਰ ਇੱਕ ਆਪਣੇ ਆਪਣੇ ਕੁਝ ਮੁੱਦੇ ਹੁੰਦੇ ਆ ਕੁਝ ਉਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਉਹ ਸਾਨੂੰ ਪਹਿਲਾਂ ਦੱਸ ਦਿੰਦੇ ਆ ਸਾਡੇ ਮਾਹਿਰ ਉਹਨਾਂ ਤੇ ਹੀ ਇੱਕ ਜਾਂ ਦੋ ਲੈਕਚਰ ਹੁੰਦੇ ਆ ਉਹ ਆਪਸ ਚ ਵਿਚਾਰ ਵਟਾਂਦਰਾ ਕਰਦੇ ਆ ਤੇ ਉਹ ਫਿਰ ਆਪਣੇ ਫਾਰਮ ਤੇ ਜਾ ਕੇ ਉਹ ਅਪਣਾਉਂਦੇ ਆ ਤੇ ਫਿਰ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਉਹ ਅਗਲੀ ਵਾਰੀ ਸਾਨੂੰ ਦੱਸਦੇ ਆ ਐਦਾਂ ਹੀ ਇਹ ਰੈਗੂਲਰ ਮੀਟਿੰਗਾਂ ਸਾਡੀਆਂ ਚੱਲਦੀ ਰਹਿੰਦੀਆਂ ਹੁਣ ਡਾਕਟਰ ਸਾਹਿਬ ਜਦੋਂ ਅਸੀਂ ਇਸ ਤਰੀਕੇ ਦੇ ਵਿੱਚ ਵਿਚਰਦੇ ਹਾਂ ਕਿ ਅਸੀਂ ਆਪਣੇ ਕਿਸਾਨ ਵੀਰ ਨੂੰ ਜਿਹੜਾ ਉਹ ਬਿਹਤਰ ਕਰਨਾ ਹੈ ਉਹਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਉਹਨੋਂ ਨਾਲ ਦੇ ਨਾਲ ਗੱਲ ਇਹ ਵੀ ਆ ਜਾਂਦੀ ਹੈ ਕਿ ਕਿਸਾਨ ਵੀਰ ਜਿਹੜਾ ਤੁਹਾਡੇ ਕੋਲ ਇੱਥੇ ਆ ਰਿਹਾ ਹੈ ਜੇ ਕੋਈ ਉਹਨੇ ਸਖਲਾਈ ਲੈਣੀ ਆ ਉਹਦੇ ਵਾਸਤੇ ਕੋਈ ਫੀਸ ਜਾਂ ਕਿੰਨੇ ਕੁ ਦਿਨਾਂ ਦੀਆਂ ਸਖਲਾਈਆਂ ਹੁੰਦੀਆਂ ਨੇ ਕਿਸ ਤਿੱਕਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਪਹੁੰਚ ਕਰ ਸਕਦਾ ਜੀ ਇੱਥੇ ਸਾਡੇ ਇੱਥੇ ਡੇਰੀ ਦੀ ਜਿਹੜੀ ਟ੍ਰੇਨਿੰਗ ਉਹ ਸਾਲ ਦੇ ਵਿੱਚ ਤਿੰਨ ਵਾਰੀ ਲੱਗਦੀ ਆ ਇਹਨਾਂ ਪੋਲਟਰੀ ਦੀ ਸਾਲ 'ਚ ਦੋ ਵਾਰੀ ਲੱਗਦੀ ਆ ਬੱਕਰੀਆਂ ਦੀ ਸਾਲ 'ਚ ਤਿੰਨ ਵਾਰੀ ਲੱਗਦੀ ਆ ਸੂਰਾਂ ਦੀ ਸਾਲ ਦੇ ਵਿੱਚ ਦੋ ਲੱਗਦੀ ਆ ਪਰ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਇੱਕ ਰਸਾਲਾ ਵਿਗਿਆਨਿਕ ਪਸ਼ੂ ਪਾਲਣ ਜਿਹੜਾ ਕਿ ਹਰ ਮਹੀਨੇ ਛਪਦਾ ਉਹਦੇ 'ਚ ਜਿਹੜੇ ਜਿਹੜੇ ਅਸੀਂ ਉਹ ਜਥੇਬੰਦੀਆਂ ਦੇ ਵਿੱਚ ਲੈਕਚਰ ਹੁੰਦੇ ਆ ਉਹ ਵੀ ਛਾਪਦੇ ਆ ਜਾਂ ਮੌਸਮ ਦੇ ਹਿਸਾਬ ਨਾਲ ਸਪੈਸ਼ਲ ਲੈਕਚਰ ਵੀ ਤਿਆਰ ਕੀਤੇ ਜਾਂਦੇ ਆ ਪਿੱਛੇ ਜੇ ਇੱਕ ਕੇਸ ਇਹੋ ਜਿਹਾ ਹੋਇਆ ਸੀਗਾ ਕਿ ਜਿਹੜਾ ਛਾਂਬੂਰਾ ਏ ਪਰਾਣੀਆਂ ਰੋਟੀਆਂ ਨੇ ਉਹ ਵੀ ਜਿਹੜੀਆਂ ਪਿੰਡਾਂ ਦੇ ਵਿੱਚੋਂ ਤੁਹਾਨੂੰ ਪਤਾ ਬਾਜਪੂਜਾਂ ਦੀਆਂ ਤੇ ਉਹ ਖਰੀਦ ਲਈਆਂ ਜਾਂਦੀਆਂ ਹਾਂਜੀ ਤੋਂ ਪਤਾ ਇਹ ਲੱਗਾ ਕਿ ਕਿਸੇ ਫਾਰਮ ਵਾਲੇ ਨੇ ਜਿਹੜਾ ਉਹਨੀਆਂ ਰੋਟੀਆਂ ਹਾਂਜੀ ਜਿਹੜੀਆਂ ਅਸੀਂ ਉਹ ਖਰੀਦ ਕੇ ਤੇ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਉਲੀ ਲੱਗੀ ਸੀ ਕੀ ਸੀ ਕਿ ਉਹ ਆਪਣੇ ਫਾਰਮ ਤੇ ਪਾਈਆਂ ਤੇ ਬਹੁਤ ਸਾਰੇ ਪਸ਼ੂ ਜਿਹੜੇ ਉਹਦੇ ਅਣਿਆਈ ਮੋਤੇ ਜਿਹੜੇ ਮਰ ਗਏ ਸੀ ਹੁਣ ਇੱਥੇ ਸਾਡਾ ਕਿਸਾਨ ਵੀਰ ਜਾਂ ਜਿਹੜੇ ਕੋਈ ਜਿਨ੍ਹਾਂ ਨੂੰ ਇਹੋ ਜਿਹਾ ਨਹੀਂ ਪਤਾ ਉਹਨਾਂ ਦੇ ਵਾਸਤੇ ਇਸ ਜਾਗਰੂਕਤਾ ਦੀ ਬੜੀ ਲੋੜ ਆ ਬਿਲਕੁਕੁਲ ਇੱਥੇ ਤੁਸੀਂ ਜਿਹੜਾ ਕੀ ਸਨੇਹਾ ਜਾਂ ਕੀ ਸਲਾਹ ਦੇਣਾ ਚਾਹੋਗੇ ਕਿ ਸਾਡਾ ਕਿਸਾਨ ਵੀਰ ਆ ਕਿ ਥੋੜੇ ਬੋਦੇ ਕੋ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੇ ਲੱਖਾਂ ਦਾ ਪਸ਼ੂ ਨਾਲ ਰੋੜ ਕੇ ਬਹਿ ਜੇ ਮੈਂ ਇਹੀ ਕਹਿਣਾ ਚਾਹੂੰਗਾ ਜਦੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਚਾਹੇ ਟੈਲੀਫੋਨ ਦੇ ਰੂਪ ਚ ਚਾਹੇ ਵਟਸਐਪ ਦੇ ਰੂਪ ਚ ਚਾਹੇ ਜਥੇਬੰਦੀਆਂ ਦੇ ਰੂਪ ਦੇ ਵਿੱਚ ਜਦੋਂ ਤੁਸੀਂ ਹਰ ਮਹੀਨੇ ਨਾ ਅਸੀਂ ਹਰ ਦੋ ਮਹੀਨੇ ਬਾਅਦ ਵੀ ਸਾਡੇ ਨਾਲ ਆਜੋ ਸਾਡੇ ਕੋਲ ਆਜੋ ਜਾਂ ਅਸੀਂ ਮੇਲਾ ਲਾਉਂਨੇ ਆ ਕਿਸਾਨ ਮੇਲਾ ਕਿਸਾਨ ਜਿਹੜਾ ਮਾਰਚ ਦਾ ਹੁੰਦਾ ਸਤੰਬਰ ਦਾ ਉੱਥੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਤੁਸੀਂ ਟੈਕਨੋਲੋਜੀ ਜਿਹੜੀ ਆ ਜਾਂ ਜਿਹਨੂੰ ਕਹਿੰਦੇ ਆ ਵੀ ਮੈਸੇਜ ਜਿਹੜੀ ਆ ਉਹਦੇ ਨਾਲ ਸਾਡੇ ਨਾਲ ਰਾਬਤਾ ਕਾਇਮ ਕਰਦੇ ਹੋ ਤਾਂ ਕਿਸੇ ਵੀ ਨੁਕਸਾਨ ਤੋਂ ਤੁਸੀਂ ਬਚ ਸਕਦੇ ਹੋ ਪਸ਼ੂ ਤਾਂ ਸਾਡਾ ਰੋਸ ਜਿਹੜਾ ਹੈ ਉਹ ਇੱਕ ਨਵੇਂ ਜਿਹੜੇ ਆ ਉਹ ਅੰਕੜੇ ਜਿਹੜੇ ਉਹਨਾਂ ਨੂੰ ਛੂ ਰਿਹਾ ਹੋਏ ਤਾਂ ਉਦੋਂ ਬੜੀ ਅਹਿਮ ਲੋੜ ਬਣ ਜਾਂਦੀ ਹੈ ਕਿ ਅਸੀਂ ਮਾਹਰ ਜਿਹੜੇ ਆ ਉਹਨਾਂ ਤੁਹਾਡੇ ਸਾਹਮਣੇ ਲਿਆਈਏ ਤੇ ਅਸੀਂ ਤੁਹਾਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਮਾਰਾਂ ਨੇ ਇਸ ਖਾਸ ਜਿਹੜੀ ਉਹਨਾਂ ਨੂੰ ਪੱਲੇ ਬਨੋ ਉਹਨਾਂ ਨੂੰ ਵਰਤੋਂ ਚ ਲਿਆਓ ਤੇ ਆਪਣੇ ਜਿਹੜੇ ਕਿੱਥੇ ਆ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਤਰੱਕੀ ਜਿਹੜੀ ਹਾਸਲ ਕਰੋ ਡਾਕਟਰ ਪਰਮੰਦਰ ਸਿੰਘ ਜੀ ਬਹੁਤ ਧੰਨਵਾਦੀ ਤੁਹਾਡਾ ਕਿ ਤੁਸੀਂ ਬੜੀ ਚੰਗੀ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਸਾਡੇ ਕਿਸਾਨ ਵੀਰ ਇਹਦਾ ਪੂਰਾ ਲਾਹਾ ਲੈਣਗੇ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ